ਦੋਸਤੋ, ਅਗਰ ਤੁਸੀਂ ਰੋਜ਼ਾਨਾ ਕਬੱਡੀ ਦੇ ਨਵੇਂ ਮੈਚਸ ਜਾਂ ਨਵੀਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਦਾ ਸਭ ਤੋਂ ਵੱਡਾ ਕਬੱਡੀ ਦਾ ਇਸ਼ਕ ਯੂਟਿਊਬ ਚੈਨਲ ਲਾਜ਼ਮੀ ਸਬਸਕ੍ਰਾਈਬ ਕਰੋ ਔਰ ਇਸ ਦੇ ਨਾਲ ਬੈਲ ਦੇ ਆਈਕਾਨ ਨੂੰ ਵੀ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਮੈਂ ਤਮਾਮ ਆਜ ਕੇ ਮਹਿਮਾਨ ਖੁਸ਼ੀ ਖੜੇ ਹੋਏ ਕੌਮੀ ਤਰ੍ਹਾਂ ਰੱਬਨਾ ਤਰਫੀ ਆਹਾ ਤਰਫੋਂ ਤਰਾਖ ਸਰ ਸਰੋਂ ਤਰਾਖ ਨਾਲ ਰੱਬਨਾ ਤਰਨਾ ਤਰਨ ਨੰਬਰ ਤੇ ਨਾ ਰਹਿਮਨ ਅਰ ਪਾਸ ਕਰੋ ਜਾਨ ਮਨ ਕੀ ਤੁਮੋਂ ਤੇ ਪਾਕਿਸਤਾਨ ਕੀ ਜਿਹੜੇ ਮੁਸ਼ਕਲ ਹੈ ਆਜ ਕਲ ਪਾਕਿਸਤਾਨ ਦੀ ਸਰਕਾਰ ਤਰ ਜਿਹੜੇ ਮੁਸ਼ਕਲ ਹੈ ਔਰ ਉਹ ਸ਼ਹਾਦਤ ਕੋ ਵੀ ਬਾਤ ਨਾਲ ਕਬੂਲ ਮੰਜ਼ੂਰ ਅਰ ਪਾਸ ਕਰੋ ਜਾਨ ਮਨ ਕੀ ਉਨਕੇ ਲਵਾਹੀ ਕੀ ਕੋ ਸਭ ਜੀ ਦਾ ਨਾਮ ਮਨ ਮੌਲਾ ਕਾ ਇਲਾਨ ਦੁਨੀਆ ਮੇਂ ਰਹਿ ਕਰ ਹਮੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਕੇ ਅਮਲ ਕਰਨ ਦੀ ਤੋਫੀਕ ਅਤਾ ਰੱਬਨਾ ਤਕਬਲ ਮਿਨਾ ਯਾ ਰੱਬ ਸਮਾਈ ਮਤਵਾਲੀ ਆਇਆ ਕਰ ਤੋ ਬਾਬ ਰਹਿਮ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਵ ਅਲੈਹਿ ਵਸੱਲਮ ਯਾ ਤੇ ਕੀ ਨਿਆ ਪੱਟਾ ਤੇ ਹੁਣ ਮੋਰ ਪਹਿਲਾ ਪਾਊਗਾ ਕਿਹੜਾ ਹੈ ਜੋ ਕੱਢੇ ਇੱਥੇ ਸਾਨਾਂ ਨੂੰ ਵੀ ਘੂਰੀਆਂ ਤੇ ਅਸ਼ਰਫ ਸਾਹਿਬ ਵਧੀਆ ਖਿਡਾਰੀ ਦਾ ਖਤਾ ਲੈ ਗਈ ਕਿਉਂਕਿ ਅਗਰ ਗੱਲ ਕਰੀਏ ਤੇ ਪਾਕਿਸਤਾਨ ਦੇ ਸਟਾਫ ਦੋਹਾ ਬੰਨੀ ਕੀ ਨਹੀਂ ਕਰਦੀ ਤਾਂ ਕਬੱਡੀ ਬਗਲ ਤਰਹੋਂ ਤੇ ਟੋਪੀ ਪਟਕਾ ਮਾਰਦੀ ਵਿੱਚ ਮਧਾਨ ਕਬੱਡੀ ਜੰਜਵੇ ਵਰਗੇ ਸੋਹਰੇ ਜਾਫੀ ਚਿਸ਼ਤੀ ਵਰਗੇ ਪਾਣ ਕਬੱਡੀ ਲਓ ਜਨਾਬ ਪਹਿਲੀ ਕਬੱਡੀ ਐਸੇ ਕਹਿੰਦੇ ਨੌਜਵਾਨ ਬਹੁਤ ਹੀ ਖੂਬਸੂਰਤੀ ਦੇ ਨਾਲ ਪਹਿਲੀ ਰੇਡ ਉੱਪਰ ਖਾਲਦ ਮੈਰ ਲਾਹੌਰ ਜੀ ਇਧਰਲੇ ਪਾਸੇ ਪਹਿਲਾ ਪੁਆਇੰਟ ਜਨਾਬ ਐਸੇ ਜੀ ਮੁਲਤਾਨ ਵਾਸਤੇ ਇੱਕ ਨੰਬਰ ਜੋੜਿਆ ਖਾਲਦ ਮਹਿਰ ਨੇ ਕਬੱਡੀ ਪਾਉਣ ਵਾਸਤੇ ਜਾਬਰ ਤੰਬੋ ਪੈਰਾਂ ਦਾ ਛੋਲਾ ਕਬੱਡਰ ਨਿੱਕੀ ਉਮਰ 'ਚ ਵੱਡੀਆਂ ਮੱਲਾਂ ਮਾਰੀਆਂ ਮੁੰਡੇ ਨੇ ਹਫ ਸਾਹਿਬ ਕਹਿੰਦੇ ਨੇ ਪਿੰਡੇ ਵਿੱਚ ਕੌਡੀ ਹੈ ਤੇ ਪੈਰਾਂ ਵਿੱਚ ਫੁਰਤੀ ਦਲੇਰੀਆਂ ਦੀ ਦਿੱਤੀ ਹੋਣੀ ਮਾਂ ਇਹਨੂੰ ਫੁਰਤੀ ਨੌਜਵਾਨ ਅਸਰਾਰ ਗੁੱਜਰ ਨੇ ਟਰਾਈ ਕੀਤੀ ਹੈ ਮੁਲਤਾਨ ਦਾ ਗੱਭਰੂ ਅੱਜ ਰਾਇਲ ਕਿੰਗਸ ਕਬੱਡੀ ਕਲੱਬ ਸਿਵਲ 'ਚ ਨੌਜਵਾਨ ਨੁਮਾਇੰਦਗੀ ਕਰਦਾ ਹੋ ਵੀ ਇੱਧਰ ਨੰਬਰ ਦਾ ਵਾਅਦਾ ਕਰ ਗਿਆ ਜਾਬਰ ਕੰਬੋ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਵਿਕਾਸ ਭੱਟ ਲਓ ਕਹਿੰਦੇ ਪੰਜ ਭਾਈ ਕਬੱਡੀ ਖੇਡਦੇ ਨੇ ਸਦੀਕ ਭੱਟ ਸ਼ਮੀਕ ਭੱਟ ਨਹੀਂ ਭੱਟ ਤੇ ਇਹ ਵਿਕਾਸ ਭੱਟ ਛੋਟਾ ਅਸਲ ਭੱਟ ਦੀਆਂ ਨੇ ਧੁੱਪਾਂ ਨੇ ਨਾ ਕਮਰ ਭੱਟ ਦੇ ਨਾਲ ਟੱਕਰ ਹੈ ਵੇਖਾਂਗੇ ਚੱਲ ਸੋਹਣਿਆ ਕਿ ਮਾਮਾ ਸ਼ੀਰ ਦੇ ਆਏ ਨੇ ਸ਼ੇਰ ਮਥਾਂਦੇ ਆਏ ਨੇ ਲਓ ਸ਼ੇਰਾਂ ਦੇ ਮੁਕਾਬਲੇ ਨੇ ਵਿਕਾਸ ਭੱਟ ਪੁਆਇੰਟ ਕਲੀਅਰ ਕੀਤਾ ਹੈ ਆਪਣੀ ਟੀਮ ਦੇ ਵਾਸਤੇ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਦਾ ਨਾਂ ਹੈ ਮਲਕ ਬਿਨਿਆਮੀਨ ਅੱਖਰਾ ਘੋੜਾ ਕਹਿਣ ਲੱਗ ਪਏ ਨੇ ਕੌਡੀ ਚ ਮੁੰਡੇ ਨੂੰ ਕਿ ਜ਼ਿੱਦ ਕਰਦਾ ਏ ਨਾ ਨਹੀਂ ਸੁਣਦਾ ਸੋਹਣਾ ਏ ਨਾ ਤਾਂ ਨਹੀਂ ਸੁਣਦਾ ਜੇ ਮੈਂ ਦਿਲ ਦਾ ਹਾਲ ਸੁਣਾਵਾਂ ਤੋ ਲਫਜ਼ਾਂ ਤੋਂ ਗਾਹ ਨਹੀਂ ਸੁਣਦਾ ਮਲਕ ਬਿਨਿਆਮੀਨ ਨੇ ਨੰਬਰ ਦਾ ਵਾਅਦਾ ਕੀਤਾ ਕਬੱਡੀ ਪਾਏਗਾ ਵਸੀਮ ਕੰਬੋ ਮਿਹਨਤ ਕਰੀਏ ਤਾਂ ਬਣਦਾ ਏ ਸੌਖਾ ਕਿੱਥੇ ਨਾ ਬਣਦਾ ਏ ਨੌਜਵਾਨ ਦਾ ਨਾਂ ਜੀ ਐਸਰੇ ਮੁਹੰਮਦ ਵਸੀਮ ਕੰਬੋ ਚੱਲ ਮੈਂ ਕਰੂੰਗਾ ਲਓ ਕਹਿੰਦੇ ਬੜਾ ਸੋਹਣਾ ਟੱਚ ਕੀਤਾ ਮਿਹਰਬਾਨੀ ਕਰੋ ਤੇ ਅਗਲੀਆਂ ਦੋਨੇ ਟੀਮਾਂ ਜਲਦੀ ਗਰਾਊਂਡ ਚ ਆਓ ਜੀ ਅਗਲੇ ਮੈਚ ਵਾਸਤੇ ਲਾਹੌਰ ਔਰ ਸਾਹੀਵਾਲ ਦੀਆਂ ਟੀਮਾਂ ਦਾ ਗਰਾਊਂਡ ਚ ਪੜੋ ਕਬੱਡੀ ਪਾਏਗਾ ਸ਼ੇਰੇ ਪਾਕਿਸਤਾਨ ਮੁਹੰਮਦ ਇਰਫਾਨ ਮਾਨਾ ਜਦ ਤਾੜੀਆਂ ਚਾਹੀਦੀਆਂ ਕਿ ਮੇਰੇ ਅੱਗੇ ਉਹ ਯਾਦ ਏ ਜਿਹੜਾ ਬਹੁਤੀ ਹਿੰਮਤ ਵਾਲਾ ਪੁੱਤਰ ਹਾਂ ਮੈਂ ਜੱਟ ਦਾ ਤੇ ਪਿੰਡ ਮੇਰਾ ਘਿਆਲਾ ਨਦੀਮ ਸਜਾਦ ਦੀਆਂ ਨੌਜਵਾਨ ਦੇ ਟਰਾਈਆਂ ਦੇਖੋ ਗਬਰੂਰੀਆਂ ਪਰ ਨਹੀਂ ਬਣਿਆ ਕੰਮ ਜਾਫਰ ਸੁਬਰਾ ਨੇ ਟਰਾਈ ਕੀਤੀ ਇਸਤਾਦ ਸ਼ੀਰੇ ਜੱਟ ਦੇ ਸ਼ੇਰ ਨੇ ਪਰ ਨਹੀਂ ਬਣਿਆ ਕੰਮ ਕਬੱਡੀ ਪਾਉਣ ਵਾਸਤੇ ਖਾਲਦ ਮਹਿਰ ਮੁਲਤਾਨ ਦੀ ਟੀਮ ਦੇ ਵੱਲੋਂ ਅਗਲੇ ਵਾਰੇ ਤੇ ਫਿਰ ਨੌਜਵਾਨ ਕਹਿੰਦੇ ਐਸਰੇ ਖਾਲਦ ਮਹਿਰ ਹੈ ਕਨੇਡਾ ਦੀ ਧਰਤੀ ਤੇ ਬੜੀਆਂ ਧੁੰਮਾਂ ਪਾਉਣ ਵਾਲਾ ਇਹ ਨੌਜਵਾਨ ਪਰ ਵੇਖ ਰਿਹਾ ਸਾਹਮਣੇ ਸਾਜਾ ਗੁੱਜਰ ਦੋਨਾਂ ਦੇ ਕਦਮ ਵੀ ਲਾਉਂਦੇ ਨੇ ਜਾਨ ਵੀ ਇੱਕੋ ਜਿਹੀ ਲੇਕਿਨ ਫੁਰਤੀ ਵੀ ਇੱਕੋ ਜਿਹੀ ਲੈ ਗਿਆ ਪੁਆਇੰਟ ਐਸਰੇ ਮੁਲਤਾਨ ਦੀ ਟੀਮ ਦੇ ਵਾਸਤੇ ਅਗਰ ਕਬੱਡੀ ਦੇ ਪਲੇਅਰ ਸੋਹਣੇ ਲੱਗਦੇ ਸਵਾਦ ਆਉਂਦਾ ਫਿਰ ਤਾੜੀਆਂ ਪੰਜਾਬੀਓ ਮਾਰ ਦਿਓ ਇੱਥੇ ਹੋ ਇਹਨਾਂ ਤੋਂ ਵੱਡੀ ਹੌਸਲਾ ਅਫਜਾਈ ਕੋਈ ਨਹੀਂ ਜੋ ਕਬੱਡੀ ਪਾਉਣ ਵਾਸਤੇ ਨੌਜਵਾਨ ਮੁਹੰਮਦ ਆਰਫ ਸਿਆਲ ਚੱਲ ਪਈ ਸਿਆਲਾਂ ਦਾ ਪੁੱਤ ਜੱਟ ਦੀ ਕਬੱਡੀ 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 ਤੋਂ ਵਿਕਾਸ ਬਾਬਾ ਉਧਰ ਨੇ ਬੰਨੇ ਜਾਫਰ ਸੁਪਰਾ ਵਿੱਚ ਜ਼ਫਰ ਇਕਬਾਲ ਉਹ ਵੇਖੋ ਮੁੰਡੇ ਨੇ ਟਰਾਈ ਮੰਨੋ ਕੌਣ ਟੱਚ ਦੀ ਪਿੱਛੇ ਹਟੋ ਨੰਬਰ ਮੈਂ ਲੈ ਕੇ ਜਾਣਾ ਨੰਬਰ ਸਿਆਲ ਦਾ ਅਗਲੀ ਕਬੱਡੀ ਪਾਉਣ ਵਾਸਤੇ ਵਿਕਾਸ ਭੱਟ ਬਸ ਭੱਟ ਐਸੇ ਅਗਲੇ ਵਾਰ ਤੇ ਨੌਜਵਾਨ ਮੁਲਤਾਨ ਦੀ ਟੀਮ ਦੇ ਵੱਲੋਂ ਵੇਖ ਕਰਦਾ ਹੈ
सामने मतलूब अली मतलूबा बीच पलक राशद साचा गुजर एक बने कमर पट है चाली चक चटे दी धरती लो मतलूबा वाह सोनिया उच्च पट्टी है नाउ बढ़ने पर कबू ने नक के द्वारे पूरी बाह चढ़ी है और देख लिया जोर लगे ने जवानिया ने वाह सोनिया मान डाटा ने जवानी दे तेनू मेरी भी ये तो बचा के दे ये मेरी भी ये तो बचा के दे लो खेले के पासो घी की धरी हाय सोनिया इंदा मतलूब है मतलूबा मान जी मतलूबे ने अपनी टीम के वास्ते एक नंबर का कीता वादा चल भाई नौजवाना के जाबर की कबड्डी नु है जग जानदा जाने भी है मैदान में हित तारदा जाबर सपरा इन्हे 14 पड़िया मुंडा है पर इलम की गल वखरी है कबड्डी की गल वखरी है कबड्डी पाएगा मिल मोहम्मद वसीम कंबो पहला मुकाबला चलता पाया होया अपने शहीदों को खराज अकीदत पेश करते होया पाकिस्तान कबड्डी फेडरेशन और पंजाब कबड्डी एसोसिएशन दी काशा पहला मुकाबला फैसलाबाद बा मुकाबला मुल्तान दूजे मुकाबले वास्ते लाहौर ते खैबर दी टीम रेडी हो जो कमरपट दी ट्राई देख लो काडर वर्गा गभू निकलया बाहर इधर वसीम कंबो पैरां दा छोला ओ देखो हाय नंबर जाफरी दा कहिंदे राहों कराना पईए भावें दूर होवे ते फुटिया दुध ना पईए भावें नूर होवे मापियां नूं बुरा ना कहिए ਭਾਵੇਂ ਉਹਨਾਂ ਦਾ ਕਸੂਰ ਹੋਵੇ ਸਦਕੇ ਜਾਵਾਂ ਕਬੱਡੀ ਮਲਕ ਬਿੰਨੀਆਂ ਮੀਨ ਦੀ ਤੇ ਕੱਲ ਨੂੰ ਫਿਰ ਫਾਈਨਲ ਮੁਕਾਬਲਾ ਹੋਵੇਗਾ ਪੂਰੇ 3 ਵਜੇ ਕੱਲ ਲੱਗਣਾ ਪਤਾ ਕਿ 2,30,000 ਰੁਪਇਆ ਕਿਹਦੇ ਖਾਤੇ ਜਾਂਦਾ ਹੈ ਮਲਕ ਬਿੰਨੀਆਂ ਮੀਨ ਨੇ ਨੰਬਰ ਦਾ ਵਾਅਦਾ ਕੀਤਾ ਕਬੱਡੀ ਪਾਏਗਾ ਖਾਲਦ ਮਹਿਰ ਚੱਲ ਪਈ ਖਾਲਦ ਮਹਿਰ ਹਿੰਦ ਸਿੰਧ ਕਸ਼ਮੀਰ ਬੁਲਾਨ ਗਿਲਗਿਤ ਯੂਕੇ ਕੈਨੇਡਾ ਦੀ ਕਰਾਂ ਚ ਧੁੰਮਾਂ ਦੇ ਰਹੀਆਂ ਨੇ ਅੱਲਾ ਪਾਕ ਨੇ ਤੇਰੀ ਹੈ ਲੱਜ ਰੱਖੀ ਹੋਈਆਂ ਇੱਜ਼ਤਾਂ ਬਹੁਤ ਵਧੇਰੀਆਂ ਨੇ ਉਧਰ ਸਾਜਾ ਗੁੱਜਰ ਉਧਰ ਮਤਲੂਬ ਅਹਿਮਦ ਇਹ ਵੇਖਣਾ ਪਏਗਾ ਗੱਭਰੂ ਦਾ ਟੱਚ ਸਾਜਦ ਨਜ਼ਾਰ ਕਲੈਡੀਏਟਰ ਨਾਲ ਨੌਜਵਾਨ ਦੇ ਕਲੋਜ਼ ਫਾਈਟਰ ਨਾਲ ਟੱਕਰ ਹੋਈ ਆ ਪਰ ਇਹ ਗੱਭਰੂ ਨੰਬਰ ਦਾ ਵਾਅਦਾ ਕਰ ਗਿਆ ਖਾਲਦ ਮਹਿਰ ਹਾਂਜੀ ਹਾਫਿਜ਼ ਸਾਹਿਬ ਅਗਲੀ ਕਬੱਡੀ ਫੇਰ ਕਹਿੰਦੇ ਰਾਕਟ ਆਫ ਪਾਕਿਸਤਾਨ ਰੇਡਰ ਦਾ ਨਾਂ ਜਨਾ ਬੱਟੂ ਬਰਾਦਰਾਂ ਦਾ ਇਹ ਵੀਰ ਇੱਕ ਤਾਸ਼ੀ ਬੱਟੂ ਇੱਕ ਫੈਸਲ ਬੱਟੂ ਪਰ ਇਹਦਾ ਨਾਂ ਹੈ ਅਸਲਾਨ ਬੱਟੂ ਚੰਦ ਭਾਈ ਨੌਜਵਾਨਾਂ ਪਾ ਰੇਡ ਇਸ ਵੇਲੇ ਸਾਹਮਣੇ ਅਸਲਾਨ ਬੱਟੂ ਦੀ ਪਹਿਲੀ ਕਬੱਡੀ ਜੀ ਕਵਰ ਬੱਟ ਦਾ ਡਰਾਈਵਰ ਜਿਹੜਾ ਉਹ ਗੱਡੀ ਦੇ ਲਾਗੇ ਪਹੁੰਚੇ ਮਿਹਰਬਾਨੀ ਇਧਰਲੇ ਪਾਸੇ ਕਹਿੰਦੇ ਅਸਲਾਨ ਬੱਟੂ ਬਿਲਕੁਲ ਯੰਗਸਟਰ ਹੈ ਪਰ ਦੇਖਣਾ ਇਸਰਾਰ ਗੁੰਜਰ ਔਰ ਜਾਫਰ ਡਬਲ ਟੱਚ ਦਾ ਇਸ਼ਾਰਾ ਮੁੰਡਾ ਨੱਚਦਾ ਹੋਇਆ ਇੱਕ ਨੰਬਰ ਦਾ ਕੀਤਾ ਵਾਅਦਾ ਇਹ ਗੱਲ ਗਲਤ ਨਹੀਂ ਦੋਸਤੋ ਇਹ ਜਾਣੇ ਕੁੱਲ ਜਹਾਨ ਜਿੱਥੇ ਬਾਵਾ ਜੰਮਣ ਸੂਰਮੇ ਉਹਨੂੰ ਕਹਿੰਦੇ ਪਾਕਿਸਤਾਨ ਉਹਨੂੰ ਕਹਿੰਦੇ ਪਾਕਿਸਤਾਨ ਕਿ ਨਾਲ ਸ਼ੌਕ ਦੇ ਲਾਲਾ ਅਬੈਦੁੱਲਾ ਪਹੁੰਚਦਾ ਭੰਗੜੇ ਵਿੱਚ ਮੈਦਾਨ ਆਇਆ ਟੌਲੇ ਪੱਟ ਤੇ ਵੇਖ ਕੇ ਮੁੰਡਿਆਂ ਨੂੰ ਪਤਾ ਲੱਗਦਾ ਕੋਈ ਜਵਾਨ ਆਇਆ ਐਸੇ ਲਾਲਾ ਅਬੈਦੁੱਲਾ ਕੰਬੋ ਮਤਲੂਬ ਅਲੀ ਮਤਲੂਬਾ ਇੱਕ ਬੰਨੇ ਅਦੀਬ ਪਾਵਾ ਸਾਜਦ ਅਨਸਾਰ ਸਾਚਾ ਗੁੱਚਰ ਔਰ ਵਿੱਚ ਖੜਾ ਹੋਇਆ ਮਲਕ ਰਾਸ਼ਦ ਹਾਂਜੀ ਆਇਆ ਵੀ ਅਦੀਬ ਪਾਵਾ ਇੱਕ ਬੰਨੇ ਸਭ ਤੋਂ ਛੋਟੀ ਉਮਰ ਦਾ ਪਰ ਇੱਕ ਬੰਨੇ ਤਗੜਾ ਤੇ ਤਜਰਬੇ ਵਾਲਾ ਨੌਜਵਾਨ ਇੱਕ ਪੁਆਇੰਟ ਲਾਲੇ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ ਗਬਰੂ ਪਾਏਗਾ ਕਬੱਡੀ ਇਸੇ ਧਰਤੀ ਦਾ ਜੰਮਲ ਗਬਰੂ ਜਵਾਨ ਤੁਹਾਡਾ ਸਾਈਵਾਲ ਦੀ ਸ਼ਾਨ ਹੈ ਨੌਜਵਾਨ ਆਰਫ ਸਿਆਹ 56 ਜੀਡੀ ਮੁਹਤਾ ਪਿੰਡ ਕਹਿੰਦੇ ਮਹੀਨ ਸਗਲਾ ਸਾਹਿਬ ਦੇਖਣਾ ਹੈ ਅਮੀਰ ਸਗਲਾ ਸਾਹਿਬ ਦਾ ਚੰਡਿਆ ਸ਼ਗਿਰਦ ਹੈ ਰਾਏ ਪਗਲਾ ਯਾ ਸਹੀ ਸਾਹਿਬ ਬੜਾ ਮਾਣ ਇਸ ਗਬਰੂ ਦੇ ਰੇਟਰ ਦਾ ਨਾਂ ਹੈ ਸਰੇ ਆਰਫ ਸਿਆਹ ਜ਼ਬਰ ਚੈਨੀ ਨੇ ਟੱਕਰ ਲਈ ਹੈ ਪਰ ਪੁਆਇੰਟ ਐਸਰੇ ਨੌਜਵਾਨ ਆਰਫ ਸਿਆਹ ਦੀ ਟੀਮ ਦੇ ਹਿੱਸੇ ਚੱਲ ਪਈ ਕਬੱਡੀ ਪਾ ਮੁਹੰਮਦ ਵਸੀਮ ਕੰਬੋ ਅਸਤਾਨ ਮੁੰਡਾ ਸ਼ਹਾਬਾਦ ਅਲੀ ਬੰਦੇਸ਼ਾ ਇੱਕ ਕਲੀ ਤੇ ਮਤਲੂਬ ਅਹਿਮਦ ਮਤਲੂਬਾ ਰਾਇਸ ਕਿੰਗਸ ਕਬੱਡੀ ਕਲੱਬ ਦਾ ਸ਼ੇਰ ਅੱਜ ਨੁਮਾਇੰਦਗੀ ਕਰਦਾ ਪਿਆ ਫੈਸਲਾਬਾਦ ਦੀ ਜ਼ਾਏ ਨੰਬਰ ਵਸੀਮ ਕੰਬੋ ਦਾ ਕਹਿੰਦਾ ਸਿੱਧ ਕੇ ਹੀ ਜਾਣਾ ਮੈਂ ਜਾਣਾ ਨਹੀਂ ਉਹ ਹਾਰ ਕੇ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਜਾਬਰ ਕੰਬੋ ਇੱਕ ਵਾਰੀ ਫੇਰ ਕਬੱਡੀ ਦੇ ਉੱਪਰ ਕਿ ਕੁੱਕੜ ਕਾ ਕੰਬੋ ਕਬੀਲਾ ਪਾਲਦੇ ਤੇ ਨੌਜਵਾਨ ਐਸਐਮ ਫੈਸਲਾਬਾਦ ਦੀ ਨੁਮਾਇੰਦਗੀ ਕਰਦਾ ਹੈ ਟੱਚ ਲਗਾ ਨਦੀਮ ਸੱਜਾਦ ਦੇ ਨਾਲ ਨੰਬਰ ਦਾ ਕੀਤਾ ਮੁੰਡੇ ਨੇ ਅਜ਼ਾਫਾ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਇੱਕ ਵਾਰੀ ਫੇਰ ਮੁਹੰਮਦ ਫਕਾਸ ਪੱਟ ਸਦੀਕ ਵਰ ਦਾ ਛੋਟਾ ਵੀਰਾ ਇਸ ਨੌਜਵਾਨ ਨੇ ਪਾਕਿਸਤਾਨ ਏਅਰਫੋਰਸ ਦੀ ਨੁਮਾਇੰਦਗੀ ਕਰਦਿਆਂ ਹੋਇਆ ਇਹ ਤਾਂ ਫੇਰ 2019 ਦੇ ਵਿੱਚ ਏਅਰਫੋਰਸ ਹੀ ਪਾਕਿਸਤਾਨ ਦੀ ਨੈਸ਼ਨਲ ਚੈਂਪੀਅਨ ਬਣੀ ਹੈ
सदके जावा साजिया गुजरा अतीक पावा ओ वेखो कपूर निर्वाचन मलक दे ड्राइव पर डबल टच दा इशारा ना गुल्ली ना डंडा ना गेंद ते बल्ला साडी खेड है कबड्डी आया कबड्डी ते बंदा कदे नु आया मुंडा मलका दा इधरले पासे वेखणा किंदे बिल्लिया मीन मल बिल्कुल हल्या दे लागे कल पता लगना जेडिया इना जमा टीमां दे विचो जितन गिया दो टीमां ਉਹਨਾਂ ਦਾ ਫਾਈਨਲ ਟਾਕਰਾ 3 ਵਜੇ ਇਨਸ਼ਾਅੱਲਾ ਤਾਲਾ ਇਸੇ ਗਰਾਊਂਡ ਦੇ ਵਿੱਚ ਹੋਵੇਗਾ ਔਰ ਪੰਜਾਬ ਪੁਲਿਸ ਔਰ ਪੰਜਾਬ ਦੀ ਟੀਮ ਜਿਹੜੀ ਹੈ ਉਹਨਾਂ ਦਾ ਮੁਕਾਬਲਾ ਹੋਏਗਾ ਬਾਬਾ ਵਕਾਸ ਚੱਠਾ ਹਾਜੀ ਅਮਜਦ ਸ਼ਬੀਰ ਖਾਨ ਦੀ ਤਵੱਜੋ ਕਰਨੀ ਹੈ ਮੁੰਡਾ ਲੈ ਗਿਆ ਪੁਆਇੰਟ ਮਲਕਾ ਦਾ ਪੁੱਤਰ ਅਮਾਨ ਦਾ ਵੀਰ ਇਸਨੇ 1 ਨੰਬਰ ਦਾ ਕਰ ਚੁੱਕਿਆ ਵਾਅਦਾ ਕਬੱਡੀ ਪਾਏਗਾ ਫਿਰ ਖਾਲਦ ਮਹਿਰ ਇਹ ਹੈ ਨੌਜਵਾਨ ਜਿਹਨੇ ਬੜੀਆਂ ਤੇਜ਼ ਰਫ਼ਤਾਰ ਅੱਜ ਤੱਕ ਕਬੱਡੀਆਂ ਪਾਈਆਂ ਨੇ ਔਰ ਜਿਹੜਾ 10 ਸਾਲ ਤੋਂ ਇੱਕ ਲੈਵਲ ਦੀ ਕਬੱਡੀ ਖੇਡਣ ਵਾਲਾ ਇਹ ਗਬਰੂ ਖੇਡ ਮੈਦਾਨ ਦੇ ਵਿੱਚ ਵੇਖਦਿਆਂ ਸਾਹਮਣੇ ਕਿ ਕਮਰ ਫੜ ਦੇ ਨਾਲ ਟੱਕਰੇ ਕਹਿੰਦੇ ਤੂੰ ਸਾਰਿਆਂ ਨੂੰ ਜੱਪੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਅੱਜ ਮੇਰੇ ਵੀ ਲਾਗੇ ਲੱਗ ਲਓ ਕਮਰ ਫੜ ਖੇਡ ਜਵਾਨ ਚੱਠਾ ਸਾਹਿਬ ਦੇਖਣਾ ਮੁੰਡਾ ਆਪਣਾ ਹੈ ਲੇਕਿਨ ਪੁਆਇੰਟ ਅੱਜ ਦੇ ਖਾਲਦ ਮੈਂ ਪੁਆਇੰਟ ਦਾ ਵਾਅਦਾ ਕੀਤਾ ਜੀ ਅੱਜ ਦੇ ਮੁਲਤਾਨ ਦੀ ਟੀਮ ਦੇ ਵਾਸਤੇ 1 ਨੰਬਰ ਦਾ ਕੀਤਾ ਵਾਅਦਾ ਕਬੱਡੀ ਪਾਏਗਾ ਨੌਜਵਾਨ ਇੱਕ ਵਾਰੀ ਫਿਰ ਖੇਡ ਮੈਦਾਨ ਦੇ ਮੁਹੰਮਦ ਅਰਸਨਾਨ ਪੱਟੂ ਚੱਲ ਪਈ ਪੱਟੂਆਂ ਦਾ ਪੁੱਤ ਇਸ ਟਾਈਮ ਕਬੱਡੀ ਦੇ ਉੱਪਰ ਪਾਕਿਸਤਾਨ ਵਾਪਕਾ ਦੇ ਨਾਲ ਮੁੰਡੇ ਦਾ ਵਾਸਤਾ ਅੱਗੇ ਮੁਲਤਾਨ ਦੇ 4 ਸ਼ੇਰ ਇੱਕ ਚੰਦੋ ਲੱਗਾ ਰਾਇਲ ਸਟਿੰਗਸ ਵਾਲਾ ਸ਼ੇਰ ਬਿੰਦੇ ਪਏ ਨੇ ਆਤਮ ਜਕੂਬ ਚੀਮਾ ਸਾਹਿਬ ਅਮਰਾਨ ਚੌਧਰੀ ਸਾਹਿਬ ਕਹਿੰਦੇ ਨੇ ਹਾਏ ਪਰ ਗੱਡੀ ਮੋਟਰ ਵੇ ਤੇ ਚੱਲ ਗਈ ਫਿਰ ਚੱਲ ਦੀ ਸਪੀਡਾ ਫੜ ਗਈ ਫਿਰ ਗੱਡੀਆਂ ਤੇਜ਼ ਨੇ ਨੰਬਰ ਕਬੱਡਣ ਦਾ ਅਗਲੀ ਕਬੱਡੀ ਪਾਉਣ ਵਾਸਤੇ ਲਾਲਾ ਅਬਦੁੱਲ ਦਾ ਕੰਬੋ ਚੱਲ ਪਈ ਲਾਲਾ ਪਿਓਰ ਪੰਜਾਬੀ ਤੇ ਰੱਖਦਾ ਠਾਠ ਨਵਾਬੀ ਕਿਸੇ ਨੂੰ ਹੱਥ ਕੀ ਪਾਉਣਾ ਇਹਨੇ ਦਿਲ ਤਾਉ ਨਾ ਜਿਉਣਾ ਸਦਕੇ ਜਾਵਾਂ ਨੌਜਵਾਨ ਲਾਲਾ ਕਦੋਂ ਦਾ ਕੰਬੋ ਇੱਕ ਨਹੀਂ ਤੇ ਜ਼ੁਲਕਰ ਨੈਣ ਉਧਰ ਮਤਲੂਬ ਅਹਿਮਦ ਮਤਲੂਬਾ ਵਿੱਚ ਸਾਜਾ ਗੁੱਜਰ ਔਰ ਟੱਚ ਹੋਇਆ ਮਲਕ ਰਾਸ਼ਦ ਦੇ ਨਾਲ ਰੈਫਰੀ ਸਾਹਿਬ ਮਿਸਟਰ ਹਕੀਮ ਸਾਹਿਬ ਦਾ ਇਸ਼ਾਰਾ ਕਿ ਡਬਲ ਟੱਚ ਹੈ ਭਈਆ ਨੰਬਰ ਰੇਡਰ ਦਾ ਨੰਬਰ ਲਾਲੇ ਦਾ ਅਗਰ ਕਬੱਡੀ ਪਸੰਦ ਆਉਂਦੀ ਹੈ ਤੇ ਫਿਰ ਤਾਲੀਆਂ ਚਾਹੀਦੀਆਂ ਇੱਥੇ ਮਾਰੋ ਦਿਲ ਖੋਲ ਕੇ ਤਾਲੀਆਂ ਸਦਕੇ ਜਾਵਾਂ ਕਿ ਬਚਨ ਤੋਲ ਜਵਾਨਾਂ ਲਈ ਮੌਲਾ ਬਖਸ਼ੀਆਂ ਸ਼ਾਨਾਂ ਲਈ ਤੋਰੀ ਬਾਬਰ ਸੁਲਤਾਨ ਜੀ ਤਵੱਜੋ ਕਰਨੀ ਹੈ ਰੇਟਰ ਬੋਡਾ ਸਾਈਵਾਲ ਦੀ ਧਰਤੀ ਦੀ ਸ਼ਾਨ ਹੈ ਮੁੰਡਾ ਕਹਿੰਦੇ ਰੇਟਰ ਦਾ ਨਾਂ ਆਰਫ ਸਿਆਰ ਫਿਰ ਜ਼ਬਰ ਜੀ ਦੀ ਇੱਕ ਵਾਰੀ ਕਮਾਲੀਏ ਦੀ ਧਰਤੀ ਵਾਲਾ ਸਜ਼ਾਦਾ ਜੱਪੇ ਦੇ ਉੱਪਰ ਪਰ ਨੌਜਵਾਨ ਲੈ ਗਿਆ ਜੀ ਤੇ ਮੁਹੰਮਦ ਵਕਾਸ ਬੱਟ ਇੱਕ ਵਾਰੀ ਫਿਰ ਮੁਲਤਾਨ ਦੀ ਟੀਮ ਦੇ ਵਾਸਤੇ ਵੇਖਾਂਗੇ ਨੰਬਰ ਦਾ ਵਾਅਦਾ ਕਰੇਗਾ ਜਾਂ ਫਿਰ ਜੱਪੀ ਜੱਪਾ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਲਓ ਕਮਲ ਬੱਟ ਦੇ ਨਾਲ ਫਿਰ ਇੱਕ ਵਾਰੀ ਟੱਕਰੇ ਚੱਲ ਬਈ ਸੋਹਣਿਆ ਹਾਏ 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 ਲਓ ਲੈ ਗਿਆ ਪੁਆਇੰਟ ਹਜ਼ਰੇ ਤਾਂ ਉਹ ਇਹਨੇ ਵਿੱਚੋਂ ਨਹੀਂ ਗਿਆ ਔਰ ਹੈ ਇਸ਼ਾਰਾ ਕਿ ਪੁਆਇੰਟ ਰੇਟਰ ਦੇ ਹਿੱਸੇ ਡਾਲ ਲਿਆ ਜੀ ਬ੍ਰੇਕ ਦੀ ਗੱਲ ਹੋਈ ਆ ਔਰ ਮੈਂ ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਇਹ ਲੋਟਾ ਹੋਰੀ ਫਿਰ ਤਾੜੀ ਮਾਰ ਦਿਓ ਲਓ ਬਾਟਰ ਤੋਂ ਬਾਅਦ ਜਾਬਰ ਕੰਬੋ ਚੱਲ ਬਈ ਸੋਹਣਿਆ ਛੋਟੀ ਉਮਰੇ ਜਿਸ ਗਬਰੂ ਨੇ ਕੱਢਿਆ ਬਾਪ ਦਾ ਨਵਾਂ ਔਰ ਨਾਲ ਲੱਗ ਗਿਆ ਜੀ ਨੌਜਵਾਨਾਂ ਤਾਂ ਜਕੂਬ ਚੀਮੇ ਦਾ ਸ਼ੇਰ ਕਰਕੇ ਖੜੋ ਗਿਆ ਇੱਕ ਕੱਢ ਕੇ ਹਿੱਕਾ ਜੇ ਹਿੱਕਾ ਵਜੀਆਂ ਚੰਗਿਆੜੇ ਨਿਕਲੇ ਪਰ ਨੰਬਰ ਕਬੱਡਰ ਦਾ ਨੰਬਰ ਜਾਬਰ ਕੰਬੋ ਉਧਰੋਂ ਵੀ ਕੰਬੋ ਕਬੱਡੀ ਪਾਉਂਦਾ ਇਧਰੋਂ ਵੀ ਕੰਬੋ ਪੁੱਤ ਹੈ ਪਰ ਕਹਿੰਦਾ ਆਈ ਜਵਾਨੀ ਛਲ ਮਸਤਾਨੀ ਨਹੀਂ ਲਗਾਇਆ ਲੁੱਕ ਦੀ ਗਿੱਟ ਗਿੱਟ ਪੈਰ ਜ਼ਮੀਨ ਤੋਂ ਉੱਚੇ ਮੋਢਿਆਂ ਉੱਤੇ ਖੁੱਬਦੇ ਕਰੀ ਫਿਰ ਹਾਫਿਜ਼ ਖਾਲਦ ਮਹਿਮੂਦ ਟੋਕਰ ਸਾਹਿਬ ਸਾਡੇ ਮੇਨ ਸਪਾਂਸਰ ਇਹਨਾਂ ਦਾ ਬਹੁਤ ਸ਼ੁਕਰੀਆ ਭਰਪੂਰ ਸ਼ੁਕਰੀਆ ਅਦਾ ਕਰਦੇ ਹਾਂ ਇਸ ਈਵੈਂਟ ਨੂੰ ਤਰਤੀਬ ਦੇਣ ਦੇ ਵਿੱਚ ਕਿਉਂਕਿ ਮਾਲੀ ਤਾਮਤ ਤੋਂ ਬਗੈਰ ਕੋਈ ਵੀ ਈਵੈਂਟ ਕਾਮਯਾਬ ਕਰਾਉਣਾ ਨਾਮੁਮਕਿਨ ਗੱਲ ਹੈ ਹਾਫਿਜ਼ ਖਾਲਦ ਮਹਿਮੂਦ ਟੋਕਰ ਸਾਹਿਬ ਬਹੁਤ ਸ਼ੁਕਰੀਆ ਮੀਆਂ ਕਬਲੀ ਸਾਹਿਬ ਬਹੁਤ ਸ਼ੁਕਰੀਆ ਹਾਂਜੀ ਹਾਫਿਜ਼ ਅਮਜਦ ਸਾਹਿਬ ਜੀ ਅਗਲੀ ਕਬੱਡੀ ਤੇ ਫਿਰ ਨੌਜਵਾਨ ਦਾ ਨਾਂ ਖਾਲਦ ਮਹਿਰ ਆ ਬਈ ਪੁੱਤਰ ਅਗਲੇ ਬਾਰੇ ਤੇ ਨੌਜਵਾਨ ਖਾਲਦ ਮਹਿਰ ਦੀ ਪੈਂਦੀ ਕਬੱਡੀ ਜਿਹੜੇ ਸਾਂਭ ਕੇ ਜਵਾਨੀ ਰੱਖਦੇ ਕਦੇ ਨਾ ਮੈਦਾਨ ਹਾਰਦੇ ਕਿ ਮਾਂ ਡਾਡਾ ਦੇ ਜਵਾਨੀ ਉੱਤੇ ਤੈਨੂੰ ਮੇਰੀ ਵੀ ਇਹ ਧੁੰਮ ਜੱਗਦੇ ਕਮਰ ਫੱਟ ਖਾਲਦ ਮਹਿਰ ਮੁਕਾਬਲਾ ਸਰਦਾ ਜੀ ਇੱਕੋ ਜਿਹੇ ਕੱਦ ਕਾਠ ਇੱਕੋ ਜਿਹੀ ਜਿੰਦ ਜਾਨ ਪਰ ਵੇਖ ਰਿਹਾ ਇੱਕ ਬੰਦੇ ਤਜਰਬਾ ਹੈ ਜਵਾਨੀ ਹੈ ਪਰ ਹਰੇ ਮੇਰੀ ਵੀ ਇਹ ਟੋਟੋ ਨਹੀਂ ਚੱਲ ਪਈ ਬੱਟੂਆ ਪਾਕ ਵੱਡੀ ਮੁਹੰਮਦ ਫੈਸਲ ਬੱਟੂ ਇੱਕ ਵਾਰੀ ਫੇਰ ਸਈਦ ਬੁਰਾਇਆ ਜੀ ਕੌਡੀ ਵੇਂਦੇ ਪਏ ਨੇ ਕਹਿੰਦੇ ਅੱਗੇ 4 ਚੀਤੇ ਨੇ ਬਿਲਕੁਲ ਤਿਆਰ ਬਰ ਤਿਆਰ ਇੱਥੇ ਲੱਗਣਾ ਪਤਾ ਤਾਹਰ ਵਹੀਦ ਜੱਟ ਜੀ ਪੂਰੇ ਪੱਪਾ ਭਾਰ ਹੁੰਦੇ ਪਏ ਨੇ ਕਿ ਕਬੱਡੀ ਦੀ ਫਤਿਹ ਹੋਣ ਦੇ ਕੇ ਸਦਕੇ
ਅੰਦਰ ਦੇਖੋ ਜੀ ਫੈਸਲ ਪੱਟੂ ਸਫਰ ਇਕਬਾਲ ਚਾਈਨੀ ਇਹ ਇੰਟਰਨੈਸ਼ਨਲ ਪਲੇਅਰ ਪੈ ਗਿਆ ਨੌਜਵਾਨੀ ਰਾਹੋਂ ਚੱਕਿਆ ਹਾਏ ਪਰ ਨਹੀਂ ਨੰਬਰ ਕਬੱਡਰ ਦਾ ਨੰਬਰ ਫੈਸਲ ਪੱਟੂ ਦਾ ਕਬੱਡੀ ਪਾਏਗਾ ਲਾਲਾ ਅਬੈਦੁੱਲਾ ਕੰਬੋ ਆਵੇ ਸੀਨੀਅਰ ਇੱਕ ਵਾਰੀ ਫੇਰ ਕਹਿੰਦੇ ਲਾਲਾ ਅਬੈਦੁੱਲਾ ਕੰਬੋ ਚੌਰੀ ਅਸਲਮ ਕੰਬੋ ਮਰਹੂਮ ਦਾ ਪੁੱਤਰ ਤੇ ਇਹ ਗੁਲਾਮ ਮੁਹੰਮਦ ਦਾ ਪੋਤਰਾ ਅਗਲੇ ਬਾਰੇ ਦੇ ਨੌਜਵਾਨ ਪੁੱਜਿਆ ਪਰ ਇਹ ਕਹਿੰਦੇ ਸ਼ੇਰੇ ਪੰਜਾਬ ਦੇ ਖਿਤਾਬ ਮਿਲੇ ਇਸ ਕਬਰੂ ਨੂੰ ਕਿਤੇ ਕਹਿੰਦੇ ਇੰਗਲੈਂਡ ਦੇ ਵਿੱਚ ਧੁੰਮਾਂ ਪਾਈਆਂ 2010-11-12 ਦੇ ਵਿੱਚ ਯੂਕੇ ਦਾ ਬੈਸਟ ਇਸ ਵਾਰੀ 2018 ਦੇ ਵਿੱਚ ਜਿਹੜੀ ਟੀਮ ਆਸਟ੍ਰੇਲੀਆ ਗਈ ਦੇਖਾਂਗੇ ਨੌਜਵਾਨ ਦਾ ਨਾਂ ਜੀ ਆਰਫ ਸਿਆਲ ਚੱਲ ਪਈ ਗੱਭਰੂਆਂ ਪਾ ਕਬੱਡੀ ਮੁਹੰਮਦ ਆਰਫ ਸਿਆਲ ਦੀ ਪੈਂਦੀ ਕਬੱਡੀ ਆਰਫ ਸਿਆਲ ਦੇ ਨਾਲ ਟੱਕਰ ਕਿਹਦੀ ਹੋਵੇਗੀ ਦੇਖ ਰਹੇ ਹਾਂ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਡੱਕ ਪਾਉਣ ਦੀ ਕੋਸ਼ਿਸ਼ ਕੀਤੀ ਹੈ ਨਦੀਪ ਸੱਜਾ ਮੁਹੰਮਦ ਵਿਕਾਸ ਭੱਟ ਵੀ ਤੇ ਪੱਟੀ ਦੀ ਗੱਡੀ ਦਾ ਜਿਹੜਾ ਡਰਾਈਵਰ ਹੈ ਉਹ ਵੀ ਪਹੁੰਚੇ ਮਿਹਰਬਾਨੀ ਕਰਕੇ ਆਪਣੀ ਗੱਡੀ ਦੇ ਲਾਗੇ ਮਿਹਰਬਾਨੀ ਜਿੰਨੇ ਵੀ ਗੱਡੀਆਂ ਦੇ ਡਰਾਈਵਰ ਨੇ ਸਾਰੇ ਗੱਡੀਆਂ ਦੇ ਲਾਗੇ ਪਹੁੰਚੋ ਮੁਹੰਮਦ ਵਿਕਾਸ ਭੱਟ ਤਾੜੀ ਦੇ ਮਾਰੋ ਯਾਰ ਤਾੜੀ ਮਾਰ ਦੇ ਇੱਕ ਵਾਰੀ ਹਾਂ ਜੀ ਜਿੰਦਾਬਾਦ ਜੀ ਬਹੁਤ ਅੱਛੇ ਤੇ ਪਿੱਪਲਾਂ ਦੀ ਗੋਦ ਵਰਗੇ ਕਿੱਥੇ ਤੁਰ ਤੁਰ ਕੇ ਦਿਲਾਂ ਤੇ ਜਾਂਦੀ ਮਾਈਏ ਟੰਪੇ ਢੋਲ ਵਰਗੇ ਹਾਏ ਕਿੱਥੇ ਤੁਰ ਕੇ ਦਿਲਾਂ ਤੇ ਜਾਂਦੀ ਆਓ ਜੀ ਹਾਂਜੀ ਸਜਾ ਸਾਹਿਬ ਤਵੱਜੋ ਕਰਦੀ ਹੈ ਇੱਧਰਲੇ ਪਾਸੇ ਕਹਿੰਦੇ ਹਰੇਂਦਰ ਦਾ ਨਾਂ ਹੈ ਜਾਬਰ ਕੰਬੋ ਸਾਹਮਣੇ ਆਇਆ ਮੁੰਡਿਆ ਪੜ੍ਹਿਆ ਲਿਖਿਆ ਪਰ ਬੜਾ ਚੀਰਾ ਲੱਗਾ ਜਿੱਦਾਂ ਦੱਦ ਨੂੰ ਚੀਰਾ ਲੱਗਾ ਜਾਬਰ ਕੰਬੋ ਜਾਬਰ ਆਓ ਲੈ ਗਿਆ ਜਾਬਰ ਕੰਬੋ ਗੋਲੀ ਯਾਰ ਅਗਰ ਜਾਬਰ ਚੱਲ ਪਈ ਵਸੀਮ ਕੰਬੋ ਕਬੱਡੀ ਦੇ ਉੱਪਰ ਕਰੀ ਮੁਹੰਮਦ ਵਸੀਮ ਕੰਬੋ ਨਿਕਲਣੇ ਲੱਗਾ ਜ਼ੁਲਮ ਦਾ ਟੋਕਰ ਇੱਥੇ ਇੱਕੋ ਜਿਹੇ ਕੱਦ ਕਾਠ ਗੱਭਰੂਆਂ ਦੇ ਇੱਕੋ ਜਿਹੇ ਵਜੂਦ ਉਹ ਵੇਖੋ ਕਹਿੰਦੇ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭਾਂਬੜ ਮਜੇ ਚੰਗੇ ਵਾਲਿਆਂ ਦਾ ਰਾਜੇ ਖੇਤੇ ਹੌਸਲਿਆਂ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਖੋਕੇ ਲਲਕਾਰਿਆਂ ਦਾ ਰਾਜੇ ਖੇਤੇ ਹੌਸਲਿਆਂ ਦੀ ਆਏ ਜੀਓ ਟੋਕਰਾ ਮਾਰੋ ਤਾਲੀਆਂ ਜਾਂ ਫਿਰ ਕੇ ਇੱਥੇ ਕਰੀ ਸਦਕੇ ਜਾਵਾਂ ਜੀ ਹੈ ਕਰੀ ਫਿਰ ਸੁਲਕਰ ਮੈਨ ਟੋਕਰ ਦੇ ਕਦਲੇ ਬਿਨਿਆਮੀਨ ਮਲ ਚੱਲ ਬਈ ਗੱਭਰੂਆ ਸਾਡੇ ਸੀਨੇ ਅੰਦਰ ਹੌਸਲੇ ਸਾਡੇ ਮੋਢਿਆਂ ਅੰਦਰ ਜ਼ੋਰ ਅਸੀਂ ਗੱਭਰੂ ਪੁੱਤ ਪੰਜਾਬ ਦੇ ਨਹੀਂ ਸਾਡੇ ਵਰਗਾ ਹੋਰ ਨਹੀਂ ਸਾਡੇ ਵਰਗਾ ਬਾਜਰਾ ਇੰਤਜ਼ਾਮੀਆ ਪੰਜਾਬ ਪੁਲਿਸ ਦੇ ਅਫਸਰਾਨੇ ਬਾਲਾ ਜਵਾਨਾਂ ਨੇ ਪੰਜਾਬ ਪੁਲਿਸ ਇੰਤਜ਼ਾਮੀਆ ਦੇ ਤਮਾਮ ਅਰਾਕੀਨ ਦਾ ਸ਼ੁਕਰੀਆ ਰਾਣਾ ਸ਼ਮਾਦ ਸਾਹਿਬ ਵੈਲਕਮ ਜੀ ਕਮਾਂਡਰ ਦਾ ਨਾਂ ਜਨਾਬ ਫਿਰ ਇੱਕ ਵਾਰੀ ਇਸਰੇ ਖਾਲਦ ਮਹਿਰ ਕਮਰ ਭੱਟ ਇਸਰੇ ਕਹਿੰਦੇ ਤਕਰੀਬਨ 6-7 ਟੱਕਰਾਂ ਹੋਈਆਂ ਨੇ ਆਪਸ ਦੇ ਵਿੱਚ ਪਰ ਵੇਖ ਰਿਹਾ ਆਏ ਹਾਏ ਹਾਏ ਕੋ ਇਲਮ ਜੋ ਕਭੀ ਨਿਜਤ ਨਾ ਬਣ ਸਕਾ ਕੋ ਨਿਜਤ ਜੋ ਇਰਾਦਾ ਨਾ ਬਣ ਸਕਾ ਕੋ ਇਰਾਦਾ ਜੋ ਅਜ਼ਮ ਨਾ ਬਣ ਸਕਾ ਕੋ ਅਜ਼ਮ ਜੋ ਕਸਰ ਨਾ ਬਣ ਸਕਾ ਜ਼ਿੰਦਾਬਾਦ ਬੋਲੀ ਯਾਰ ਬਹੁਤ ਤਗੜਾ ਜੱਪਾ ਲਾਇਆ ਔਰ ਪੁਆਇੰਟ ਇਸਰੇ ਫੈਸਲਾਬਾਦ ਦੀ ਟੀਮ ਦੇ ਵਾਸਤੇ ਲਓ ਕਬੱਡੀ ਪਾਏਗਾ ਫਿਰ ਅਰਸਲਾਨ ਪੱਟੂ ਸ਼ਾਰੀ ਚੱਕ ਚੱਤੇ ਦਾਇਰ ਭਾਈ ਜੱਟ ਸਾਹਿਬ ਕੱਲ ਇਨਸ਼ਾਅੱਲਾ ਤਾਲਾ ਇਸੇ ਗਰਾਊਂਡ ਦੇ ਵਿੱਚ 3 ਵਜੇ ਫਾਈਨਲ ਮੁਕਾਬਲਾ ਆਏ ਕੌਣ 6 ਅਕਤੂਬਰ 2019 ਦੀ ਟਰਾਫੀ ਕੌਣ ਟੀਮ ਕਿਹੜੀ ਜਿੱਤੇਗੀ ਅਫਜ਼ਾ ਉਸ ਤੋਂ ਪਹਿਲਾਂ ਵੀ ਇੱਕ ਮੈਚ ਹੋਏਗਾ ਪੰਜਾਬ ਦਾ ਔਰ ਪੰਜਾਬ ਪੁਲਿਸ ਦੀ ਵੀ ਇੱਕ ਟੱਕਰ ਹੋਏਗੀ ਉਸ ਤੋਂ ਪਹਿਲਾਂ ਉਹ ਵੀ ਦਿਲਕਸ਼ ਮੁਕਾਬਲਾ ਹੋਏਗਾ ਇੱਧਰ ਅਰਸਲਾਨ ਪੱਟੂ ਨੇ ਨੰਬਰ ਦਾ ਵਾਅਦਾ ਕੀਤਾ ਚੱਲ ਪਈ ਕਬੱਡੀ ਪਾ ਲਾਲਾ ਅਬੈਦੁੱਲਾ ਦਾ ਕੰਬੋ ਚੀਫ ਰੈਫਰੀ ਮਿਸਟਰ ਨਵੀਰ ਸਾਜੇ ਚੌਧਰੀ ਨਾਲ ਵੇਲੇ ਪੈਣੇ ਨਾਲ ਕਿ ਪੱਟਾਂ ਦੇ ਨਾਲ ਪੱਟ ਨੇ ਖੇਡੇ ਟੌਲਿਆਂ ਨੂੰ ਜਦ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਨੇ ਇਹ ਕਿਹੜੇ ਪਿੰਡ ਦਾ ਗੱਭਰੂ ਲਾਲਾ ਅਬੈਦੁੱਲਾ ਦਾ ਕੰਬੋ ਮਤਲੂਬ ਅਹਿਮਦ ਨੇ ਕੀਤੀ ਹੈ ਟਰਾਈ ਸਦਕੇ ਜਾਵਾਂ ਨਾਮ ਮੇਰਾ ਮਤਲੂਬ ਤੇ ਪਿੰਡ ਮੇਰਾ ਠੁਕਰਾਵਾਂ ਮੈਂ ਵਾਂਗ ਜਮੂਰ ਤੇ ਖੜਦਾ ਮੈਂ ਚਿੰਨੋ ਵੀ ਹੱਥ ਪਾਵਾਂ ਔਰ ਇਹ ਮਤਲੂਬਾ ਹੈ ਸਾਡੇ ਗਰਾਊਂਡ ਦੇ ਵਿੱਚ ਰਾਜਾ ਬਸ਼ਾਰਤ ਸਾਹਿਬ ਹੋਣਗੇ ਸੁਬਾਈ ਵਜ਼ੀਰੇ ਕਰੋ ਹਾਂਜੀ ਕੱਲ ਇਨਸ਼ਾਅੱਲਾ ਤਾਲਾ ਫਾਈਨਲ ਮੁਕਾਬਲੇ ਦੇ ਵਿੱਚ ਇਨਸ਼ਾਅੱਲਾ ਤਾਲਾ ਸਾਡੇ ਰਾਜਾ ਬਸ਼ਾਰਤ ਸਾਹਿਬ ਸੁਬਾਈ ਵਜ਼ੀਰੇ ਕਰੋ ਲਓ ਇਧਰਲੇ ਪਾਸੇ ਮਲਕ ਰਾਸ਼ਦ ਔਰ ਸੁਬਾਨੀ ਗੁੱਜਰ ਆ ਬਈ ਗੁੱਜਰਾਂ ਸਾਹਮਣੇ ਹੁਸਨ ਜਮਾਲ ਹੈ ਸੁਬਾਨੀ ਗੁੱਜਰ ਇੱਕ ਮਿਸਾਲ ਸੁਬਾਨੀ ਗੁੱਜਰ ਦੇਖ ਰਿਹਾ ਬਾਈ ਲੇਕਿਨ ਮਲਕ ਰਾਸ਼ਦ ਆਓ ਮੈਂ ਜਿਨ੍ਹਾਂ ਨੇ ਭਰਪੂਰ ਤੌਰ ਤੇ ਮਾਲੀ ਸਪਾਂਸਰ ਕੀਤਾ ਹਾਫਜ਼ ਖਾਲਦ ਮਹਿਮੂਦ ਡੋਗਰ ਸਾਹਿਬ ਉਹਨਾਂ ਵਾਸਤੇ ਕਰੀ ਤਾੜੀਆਂ ਮਾਰ ਦਿਓ ਇੱਥੇ ਬਣਾ ਜਿਨ੍ਹਾਂ ਦਾ ਭਰਪੂਰ ਮਾਲੀ ਕੰਮ ਸਾਡੇ ਨਾਲ ਰਿਹਾ ਤੇ ਮੇਲਾ ਆਬਾਦ ਹੋਇਆ ਜ਼ਿੰਦਾਬਾਦ ਜੀ
ਚੱਲ ਪਈ ਜਾਬਰ ਅੰਬੋਲ ਤੇ ਜ਼ਫਰ ਕਮਾਲ ਚੰਗੀ ਉਧਰ ਵੇਖੋ ਪਿਆਰ ਹੁੰਦੇ ਦੇ ਸਦਕੇ ਜਾ ਹਾਏ ਕਹਿੰਦਾ ਲੋ ਐਸੇ ਦੋ ਕਿੰਨੀ ਦੇ ਤੱਕ ਚਾ ਪੀਤਾ ਭਰਪੂਰ ਮਜ਼ਬੂਤੀ ਵਾਲਾ ਧੱਕਾ ਪਾਵਰ ਦਾ ਫੁੱਟੀ ਪਾਏਗਾ ਮੁਹੰਮਦ ਵਕਾਸ ਬੱਟ ਇੱਕ ਕਰੀ ਫੇਰ ਬੱਟ ਦੀ ਕਬੱਡੀ ਚੱਲ ਪਈ ਵਕਾਸ ਬੱਟਾ ਤੈਨੂੰ ਰੱਬ ਦੀ ਰੱਖਾ ਸਦਕੇ ਜਾਵਾ ਉੱਚਾ ਸ਼ਿਮਲਾ ਕੀਤਾ ਮੁੰਡੇ ਨੇ ਬਾਪ ਦਾ ਆਪਣੇ ਵੀਰਾਂ ਦਾ ਸ਼ਿਮਲਾ ਉੱਚਾ ਕੀਤਾ ਮੁਹੰਮਦ ਵਕਾਸ ਬੱਟ ਨੂੰ ਐਸੇ ਨਹੀਂ ਕਰੇਗਾ ਭਈਆ ਛੋੜੋ ਇਸ ਇਸ ਕੱਟਾ ਚੋਣੋ ਭਈ ਬਾਤ ਸਦਕੇ ਹਾਂਜੀ ਆ ਸਾਹਿਬ ਹਾਫ ਟਾਈਮ ਹੋਇਆ ਚੱਲ ਪਈ ਪੁੱਤਰਾ ਮਲਕ ਅਮਾਨੁੱਲਾ ਦਾ ਨਿੱਕਾ ਵੀ ਮਲਕ ਬਿਨੀਆ ਵੀ ਜੀ ਜਲ ਵੀ ਮਲਕ ਬਿਨੀਆ ਵੀ ਕਬੱਡੀ ਦੇ ਬਿਲਕੁਲ ਤਿਆਰ ਪਰ ਤਿਆਰ ਔਰ ਦੂਸਰੇ ਬੰਨੇ ਕਹਿੰਦੇ ਚਾਰ ਬਿਹਤਰੀਨ ਜਾਫੀ ਖੜੋਤੇ ਨੇ ਬਿਲਾਲ ਅਸਲਮ ਗਿੱਲ ਰਾਏ ਕਿੰਗ ਸਾਈਦ ਗਰਾਇਸ ਸਾਹਿਬ ਬੜੇ ਖੁਸ਼ੀ ਦੇ ਨਾਲ ਇਸ ਨੌਜਵਾਨ ਨੂੰ ਵੇਖ ਰਹੇ ਨੇ ਜੀ ਅਗਲੀਆਂ ਟੀਮਾਂ ਬਿਲਕੁਲ ਰੈਡੀ ਹੈ ਜੀ ਬਿਲਾਲ ਅਸਲਮ ਗਿੱਲ ਅਗਲਾ ਵੀਰੇ ਔਰ ਦੂਸਰੇ ਬੰਨੇ ਢਾਉਣ ਦੀ ਗੱਲ ਕੀਤੀ ਹੈ ਪੁਆਇੰਟ ਜਿਹੜਾ ਮਲਕ ਬਿਨੀਆ ਵੀ ਚੱਲ ਸ਼ਮਸ਼ੇਰਗੜ੍ਹ ਦੀ ਧਰਤੀ ਬਿਲਕੁਲ ਤਿਆਰ ਪਰ ਤਿਆਰ ਤੇ ਕਰ ਕਰ ਮੇਟਾ ਸਰੀਰ ਹੈ ਬਣਾਏ ਨਹੀਂ ਜੀ ਅਗਲੀਆਂ ਟੀਮਾਂ ਕੇ ਮੇਰੀ ਦਰਖਾਸਤ ਤੇ ਬਰਾਏ ਮਿਹਰਬਾਨੀ ਅਗਲੀਆਂ ਟੀਮਾਂ ਵੀ ਰੈਡੀ ਰਹੋ ਜੀ ਅਗਲੀਆਂ ਟੀਮਾਂ ਲਓ ਜੀ ਉਧਰ ਕਮਰ ਬੱਟ ਜੀ ਉਹ ਬੰਦਾ ਕਹਿੰਦੇ ਬੜੇ ਬੜੇ ਮੈਚਾਂ ਦੇ ਵਿੱਚ ਬੜੇ ਬੜੇ ਤਗੜੇ ਜੱਫੇ ਲਾਏ ਟੋਪ ਦਾ ਹੈ ਜਾਫੀ ਚੱਲੇ ਲੰਬ ਬੱਟ ਦਾ ਵੱਡੇ ਵੱਡੇ ਰੇਡਰਾਂ ਨੂੰ ਖੋਜੇ ਲਾਂਗੇ ਰੱਖਦਾ ਕਰੋਨਾ ਨਾਲ ਇੰਨੀ ਗੂੜੀ ਯਾਰੀ ਹੈ ਕਮਰ ਬੱਟ ਦਾ ਕਬੱਡੀ ਦਾ ਬ੍ਰੈਂਡਡ ਖਿਲਾੜੀ ਹੈ ਕਮਰ ਬੱਟ ਦਾ ਕਬੱਡੀ ਦਾ ਬ੍ਰੈਂਡਡ ਖਿਲਾੜੀ ਹੈ ਅਗਲੀ ਕਬੱਡੀ ਪਾਏਗਾ ਵੱਟੂ ਇਸ ਵਕਤ ਜਿੰਨੇ ਵੀ ਪੇਜ ਆਏ ਨੇ ਲਾਈਵ ਕਵਰੇਜ ਕਰ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਇੰਤਹਾ ਸ਼ੁਕਰੀਆ ਕਬੱਡੀ ਸ਼ਾਟ ਪੰਜਾਬੀਆਂ ਦੀ ਵਰਲਡ ਪੂਰੀ ਟੀਮ ਲਓ ਜੀ ਮੁਹੰਮਦ ਵਕਾਸ ਜੱਫੇ ਦੇ ਨੌਜਵਾਨ ਮੁਹੰਮਦ ਵਕਾਸ ਬੜਾ ਹੀ ਤਾਲਾ ਜਾਫੀ ਇਸ ਵਕਤ ਦੂਸਰੇ ਬੰਨੇ ਵੱਟੂ ਚੱਲਦਾ ਹੋਇਆ ਗੁੱਥਮ ਗੁੱਥਾ ਆਪਸ ਦੇ ਵਿੱਚ ਨੰਬਰ ਕਮੱਟਰ ਵਾਲੀ ਚੱਲ ਪਈ ਵਸੀਮ ਕੰਬੋਲ ਸੋਹਣਿਆ ਪਾ ਕਬੱਡੀ ਅਗਲੀ ਵਸੀਮ ਕੰਬੋਲ ਕਹਿੰਦਾ ਪਾਉਂਦਾ ਮੈਂ ਕਬੱਡੀ ਕਿ ਕੋਈ ਦਬਾਅ ਹੁਣ ਝੱਲ ਨਹੀਂ ਹੁੰਦੀ ਦਿਲ ਦੀ ਮੁਸ਼ਕਲ ਹੱਲ ਨਹੀਂ ਹੁੰਦੀ ਕੀਤਾ ਸੀ ਉਸ ਗੱਲ ਦਾ ਵਾਦਾ ਮੁੱਦਤਾਂ ਹੋਈਆਂ ਕੱਲ ਨਹੀਂ ਹੁੰਦੀ ਰਾਸ਼ਦ ਮਲਕ ਨੇ ਟਰਾਈ ਕੀਤੀ ਹੈ ਉਹ ਦੇਖੋ ਕੀ ਹੁੰਦਾ ਪਿਆ ਪਰ ਨੰਬਰ ਕਬੱਡੀ ਦਾ ਨੰਬਰ ਮੈਚ ਵਾਸਤੇ ਲਾਹੌਰ ਔਰ ਸਾਹੀਵਾਲ ਦੀਆਂ ਟੀਮਾਂ ਗਰਾਊਂਡੇ ਉੱਪਰ ਜੋ ਅਗਲੇ ਮੁਕਾਬਲੇ ਵਾਸਤੇ ਲਾਹੌਰ ਔਰ ਸਾਹੀਵਾਲ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਓ ਬੜੀ ਮਿਹਰਬਾਨੀ ਜੀ ਕੱਲ ਠੀਕ 3 ਵਜੇ ਕਹਿੰਦੇ ਇੱਕ ਵੱਡਾ ਟਾਕਰਾ ਦੇਖਣ ਨੂੰ ਮਿਲੇਗਾ ਅੱਜ ਦੀਆਂ ਦੋ ਟੀਮਾਂ ਦਾ ਨਾਲ ਇੱਕ ਫਾਈਨਲ ਔਰ ਫਾਈਨਲ ਤੋਂ ਪਹਿਲੇ ਇੱਕ ਹੋਰ ਫਾਈਨਲ ਪੰਜਾਬ ਔਰ ਪੰਜਾਬ ਪੁਲਿਸ ਦੇ ਦਰਮਿਆਨ ਖੇਡਿਆ ਜਾਏਗਾ ਉਧਰ ਆਰਫ ਸਿਆਲ ਇਹ ਸ਼ੇਖ ਸ਼ਮੀਰ ਸਾਹਿਬ ਇਹ ਆਰਫ ਸਿਆਲ ਫੈਜ਼ਲਾਬਾਦ ਦੀ ਧਰਤੀ ਦਾ ਅਥਰਾ ਕਬੱਡੀ ਖਿਡਾਰੀ ਦੂਸਰੇ ਬਣੇ ਇਸਰਾਰ ਗੁੱਜਰ ਜਿਹਨੂੰ ਜਿਹਨੂੰ ਕਬੱਡੀ ਚੱਲ ਵੀ ਖਾਲਦ ਮੈਂ 72 ਗੱਡੀਆਂ ਪੁਲਿਸ ਦੇ ਨੌਜਵਾਨ ਦਾ ਨਾਨ ਸਟਾਪ ਕਬੱਡੀ ਪਲੇਅਰ ਇਸ ਵਕਤ ਖੇਡ ਮੈਦਾਨ ਦੇ ਵਿੱਚ ਬਿਲਕੁਲ ਹਾਂਜੀ ਅਗਲੀ ਕਬੱਡੀ ਪਾਉਂਦਾ ਪਿਆ ਖਾਲਦ ਮਹਿਰ ਜੀ ਉਹ ਖਾਲਦ ਮਹਿਰ ਉਹ ਲੱਗਾ ਫਿਰ ਇੱਕ ਵਾਰੀ ਕਮਰ ਬੱਟ ਇਹ ਟੱਕਰਾਂ ਹੁੰਦੀਆਂ ਜਦੋਂ ਦਾ ਮੈਚ ਸ਼ੁਰੂ ਹੋਇਆ ਖਾਲਦ ਬੱਟ ਆਉਂਦਾ ਹੈ ਉਧਰ ਖਾਲਦ ਮਹਿਰ ਉਧਰ ਕਮਰ ਬੱਟ ਉਹ ਵੇਖੋ ਭੇੜ ਸਾਨਾ ਦਾ ਹਾਥੀ ਭਿੜਦੇ ਪਏ ਨੇ ਨੰਬਰ ਕਬੱਡਰ ਦਾ ਨੰਬਰ ਖਾਲਦ ਮਹਿਰ ਦਾ ਨੰਬਰ ਖਾਲਦ ਮਹਿਰ ਦਾ ਕਬੱਡੀ ਪਾਏਗਾ ਜਾਬਰ ਕੰਬੋ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਜਾਬਰ ਕੰਬੋ ਚੱਲ ਕੇ ਕੰਬੋ ਕੌਡੀ ਕੰਮ ਨਹੀਂ ਯਾਰ ਦੇ ਚੁਰਤਿਆਂ ਦਾ ਚੁਰਤਮੰਦ ਬੰਦਾ ਬਾਜ਼ੀ ਮਾਰ ਜਾਂਦਾ ਪਿੜ ਵਿੱਚ ਖੁਰਾਕਾਂ ਨੇ ਕੰਮ ਆਉਣਾ ਖਾਦਾ ਪੀਤਾ ਮੈਦਾਨ ਸਵਾਲ ਜਾਂਦਾ ਹਾਂਜੀ ਅਗਲੀ ਟੀਮਾਂ ਅਗਲੀਆਂ ਟੀਮਾਂ ਜੇ ਸਾਡੀ ਕਾਰ ਹੈ ਬਾਰ ਬਾਰ ਤਾਰ ਭਈਆ ਸਾਹਮਣ ਹੋ ਰਹਾ ਸਰਵ ਸਾਹਮਣ ਹੋ ਬੜਾ ਮਿਹਰਬਾਨੀ ਟੀਮਾਂ ਛੇਤੀ ਗਰਾਊਂਡ ਦੇ ਵਿੱਚ ਆ ਜੇ ਮੈਚ ਖਤਮ ਹੋਏਗਾ ਟੀਮਾਂ ਗਰਾਊਂਡ ਦੇ ਅੰਦਰ ਚਾਹੀਦੀਆਂ ਨੇ ਅਗਲੀਆਂ ਔਰ ਕੱਲ ਇਨਸ਼ਾਅੱਲਾ ਫਾਈਨਲ 3 ਵਜੇ ਖੇਡਿਆ ਜਾਏਗਾ ਪੁਆਇੰਟ ਜਾਫੀ ਜਿਹੜੀ ਕਬੱਡੀ ਪਾ ਰਿਹਾ ਸੀ ਫਾਸਟ ਐਂਡ ਫਿਊਰੀਅਸ ਜਾਬਰ ਕੰਬੋ ਚੱਲ ਬਈ ਜ਼ੈਨਮ ਸਮਾਨੀ ਗੁੱਜਰ ਕਿ ਅੱਤ ਚੁੱਕਣ ਤੋਂ ਪਹਿਲਾਂ ਬੇਲੀਆ ਸੋਚ ਲਵੀ ਦਰਿਆਵਲ ਇੱਕ ਦਿਨ ਲੈਣਾ ਪੈਂਦਾ ਏ ਉਹਦੇ ਅੱਗੇ 10 ਅੰਕੇ ਦੀ ਚੀਨੀ ਜਾਣੇ ਕੰਬੋ ਦੇ ਵਿੱਚ ਮਲਕ ਬਿਨਿਆਮੀ ਚੱਲ ਜਵਾਨਾ 1 2 3 4 ਕਹਿੰਦੇ ਅਸੀਂ 4 ਲੇਕਿਨ 4 ਦੇ 4 ਵੀ ਤਿਆਰ ਖੜੇ ਨੇ ਬਾਬਾ ਵਕਾਸ ਨਾਲ ਜਾਫਰ ਸਫਰਾ ਮਲਕ ਜ਼ਫਰ ਅਵਾਰ ਹਾਲ ਤਕੀਮ ਹੈ ਆਏ ਹਾਏ ਜੀ ਅਲ ਜਾਫਰ ਸਫਰਾ ਉਸਤਾਦ ਸੀਰੇ ਦਾ ਸ਼ਕੀਰ ਦੇ ਸਦਕਾ ਜਾਵਾ ਨੰਬਰ ਮਲਾਣੀ ਮਿੱਟੀ ਅਜ਼ਲੋ ਮੇਰੀ ਹਾਣੀ ਮਿੱਟੀ ਕਈ ਸਿਕੰਦਰ ਵਿੱਚੋਂ ਨਿਕਲੇ ਜਦ ਧਰਤੀ ਦੀ ਛਾਣੀ ਮਿੱਟੀ ਕਈ ਸਿਕੰਦਰ ਵਿੱਚੋਂ ਨਿਕਲੇ
ਉਧਰ ਵੇਖੋ ਜੀ ਕੀ ਹੁੰਦਾ ਪਿਆ ਉਹ ਲੱਗਾ ਹੁੰਦਾ ਨਾਲ ਬਣੇ ਭਾਈ ਰਾਸ਼ਦ ਮਲਿਕ ਇਹ ਚੜ੍ਹਾਈ ਕੀਤੀ ਹੈ ਮੁੰਡੇ ਨੇ ਹਾਏ ਪਰ ਰੈਫਰੀ ਸਾਹਿਬ ਦਾ ਇਸ਼ਾਰਾ ਤੇ ਟੈਕਨੀਕਲ ਪੁਆਇੰਟ ਇਹ ਲਾਈਨ ਆਊਟ ਕਰ ਗਿਆ ਇਹ ਨੰਬਰ ਕਬੱਟਰ ਦੇ ਖਾਤੇ ਜਿੰਦਾਬਾਦ ਜਸਤਾਰ ਸ਼ੀਰਾ ਸਾਹਿਬ ਨਸੀਰ ਅਹਿਮਦ ਜੱਟ ਸਾਹਿਬ ਕੱਲ ਇਨਸ਼ਾਅੱਲਾ 3 ਵਜੇ ਇਸ ਮੈਦਾਨ ਦੇ ਵਿੱਚ ਵੱਡੀ ਟੈਕਟਰ ਫਾਈਨਲ ਮੁਕਾਬਲਾ ਫਿਰ ਕਿੰਨੂ ਕਰੇ ਮੌਲਾ ਕੌਣ ਕੋਲ ਤੱਕ 30,000 ਰੁਪਇਆ ਕੈਸ਼ ਕਰਦਾ ਹੈ ਉਹਦੇ ਕੋਲ ਪੈ ਗਈ ਹੈ ਜੱਫੀ ਕਹਿੰਦਾ ਮੈਂ ਤੇ ਮਾਝਾ ਇੰਜ ਮਿਲਦੇ ਜਿਵੇਂ ਟਿੱਚ ਬਟਨਾ ਦੀ ਜੋੜੀ ਅਸਰਾਰ ਗੁੱਜਰ ਰਾਇਸ ਕਿੰਗਜ਼ ਵਾਲਾ ਲੱਗਾ ਹੈ ਨਾਲ ਨੰਬਰ ਦਾ ਮੁੰਡਾ ਕਰ ਗਿਆ ਵਾਧਾ ਇੱਕ ਵਾਰੀ ਫਿਰ ਮੈਂ ਅੱਗੇ ਗੱਲ ਕੀਤੀ ਕਿ ਲਾਈਵ ਬੈਠੇ ਹੋਏ ਇਸ ਟਾਈਮ ਫੇਸਬੁੱਕ ਦੇ ਉੱਪਰ ਯੂਟਿਊਬ ਦੇ ਉੱਪਰ ਆਤਰ ਜਗੂਰ ਚੀਮਾ ਸਾਹਿਬ ਇਮਰਾਨ ਚੌਧਰੀ ਸਾਹਿਬ ਬੈਲਟਨ ਜ਼ਿੰਦਾਬਾਦ ਜੀ ਜੀ ਨੰਬਰ ਦੋਵੇਂ ਟੀਮਾਂ ਦੇ ਬਰਾਬਰ ਨਹੀਂ ਯਾਰ ਇੱਕ ਵਾਰੀ ਤਾੜੀ ਦੋਵੇਂ ਟੀਮਾਂ ਦੇ ਨੰਬਰ ਬਰਾਬਰ ਵਾਹ ਬਈ ਵਾਹ ਅੱਡਾ ਤਗੜਾ ਮੈਚ ਅੱਜ ਇਸ ਧਰਤੀ ਤੇ ਵੇਖਣ ਨੂੰ ਮੇਰੇ ਸਬਰ ਸਟੇਡੀਅਮ ਵਿੱਚ ਕਬੱਡੀ ਪਾ ਰਿਹਾ ਵਕਾਸ ਬਾਟੇ ਜੀ ਉਹ ਬੱਟਾ ਕਿਆ ਬਾਤ ਹੈ ਵੈਲਡਨ ਕਿ ਵੱਡੇ ਨਾ ਕਰਕੇ ਫੱਤੇ ਮਰ ਜਾਂਦੇ ਨੇ ਦਸਤੂਰ ਏ ਖਾਸ ਤਕਦੀਰ ਦਾ ਏ ਇੱਕੋ ਜ਼ਾਤ ਦੇ ਮਾਲਕ ਖਾਲਕ ਦੀ ਜੋ ਚਾਹੇ ਪਿਆ ਲਕੀਰ ਦਾ ਏ ਜਿਹਨੂੰ ਲੋਕੀ ਗੁਰਬਤ ਆਖਦੇ ਨੇ ਹੋਵੇ ਨਕਸ਼ ਤੇ ਚਮਚ ਜਮੀਰ ਦਾ ਏ ਕਹਵੇ ਮੌਤ ਤੋਂ ਫੇਰੀਏ ਅੱਖ ਸਾਕੀ ਸਾਕੇ ਹੋ ਜਾਵਾ ਬੱਲੇ ਦਾ ਏ ਆ ਕੀ ਹੁੰਦਿਆ ਇੱਧਰ ਇੱਧਰ ਵੇਖ ਗੱਡੀ ਕੀ ਹੈ ਇਹ ਪੈਰਾਂ ਦਾ ਫਰਤੀਲਾ ਮੁੰਡਾ ਕਦਮ ਨਹੀਂ ਰਲਣ ਦੇਣ ਦਿਆ ਪਰ ਚੈਰੀ ਕਹਿੰਦਾ ਨਹੀਂ ਜਾਣ ਦਵਾਂਗਾ ਨੰਬਰ ਬੱਟੂ ਦਾ ਨੰਬਰ ਬੱਟੂ ਦਾ ਨੰਬਰ ਨੰਬਰ ਸੁਨਾਨ ਬੱਟੂ ਦਾ ਅਗਲੀ ਕਬੱਡੀ ਪਾਉਣ ਵਾਸਤੇ ਵਸੀਮ ਕੰਬੋ ਇੱਕ ਵਾਰੀ ਫੇਰ ਕੰਬੋ ਦੀ ਕਬੱਡੀ ਪੈ ਗਈ ਉੱਧਰ ਉੱਧਰ ਹਾਫਜ਼ ਅਮਜਦ ਸਾਹਿਬ ਵੇਖ ਲਿਓ ਅਤੀਕ ਪਾਵਾ ਇੱਕ ਕੰਨੀ ਤੇ ਉਹ ਵੇਖੋ ਰਾਣੇ ਮਾਜਦ ਦਾ ਸ਼ੇਰ ਬੱਲੇ ਕੀ ਬਣਦਾ ਪਿਆ ਧੱਕੇ ਵੱਜਦੇ ਪਏ ਗੁੱਟ ਫੜਦਾ ਪਰ ਕਹਿੰਦਾ ਤੇਰੇ ਹੱਥ ਵਿੱਚ ਬਾਹ ਕਿਵੇਂ ਦੇਵਾਂ ਭਈ ਲੱਜ ਮਾਰੇ ਮਾਪਿਆਂ ਦੀ ਕਬੱਡੀ ਪੈਗਾ ਆਰਫ ਸਿਆਲ ਚੱਲ ਵੀ ਗੱਭਰੂ ਕਬੱਡੀ ਦੇ ਨੌਜਵਾਨ ਆਰਫ ਸਿਆਲ ਔਰ ਦੂਸਰੇ ਬੰਨੇ ਕਹਿੰਦੇ ਜਾਫੀ ਵੀ ਬੜੇ ਤੌੜੇ ਨੇ ਯਾਰ ਅਗਲੀਆਂ ਟੀਮਾਂ ਕੇ ਮੇਰੀ ਬਾਰ ਬਾਰ ਕਾਲ ਹੈ ਬਰਾਏ ਮਿਹਰਬਾਨੀ ਟੀਮਾਂ ਗਰਾਊਂਡ ਦੇ ਵਿੱਚ ਆਓ ਜੀ ਅਗਲੀਆਂ ਟੀਮਾਂ ਛੇਤੀ ਗਰਾਊਂਡ ਦੇ ਵਿੱਚ ਆਓ ਚੱਲ ਵੀ ਆਰਫ ਸਿਆਲ ਬੱਬਾ ਦਾ ਸ਼ੋਲਾ ਖਿਡਾਰੀ ਕਿ ਲਾਓ ਇਹਦੇ ਪਿੱਛੇ ਘੋੜੀਆਂ ਇਹ ਨਹੀਂ ਫੜੀਚਦਾ ਟੱਕੋ ਇਹਨੂੰ ਭਾਵੇਂ ਸਾਰੇ ਇਹ ਨਹੀਂ ਟੱਕੀਚਦਾ ਉਹ ਲੈ ਗਿਆ ਜੀ ਨੰਬਰ ਨੌਜਵਾਨ ਆਰਫ ਸਿਆਲ ਅਗਲੀ ਕਬੱਡੀ ਜ਼ੈਨਬ ਸਵਾਨੀ ਗੁੱਜਰ ਚੱਲ ਇਹ ਗੁਜਰਾ ਕਬੱਡੀ ਪਾਉਣ ਦੇ ਬਿਲਕੁਲ ਤਿਆਰ ਪਰ ਤਿਆਰ ਕਿ ਸੋਹਣੇ ਪਾਕਿਸਤਾਨ ਤੋਂ ਸਦਕੇ ਜਾਵਾ ਰੰਗਲੇ ਪੰਜਾਬ ਦੀ ਕੀ ਸਿੱਖ ਸੁਣਾਵਾ ਜਿੱਥੇ ਰੱਬ ਵਰਗੀਆਂ ਮਾਵਾ ਲਓ ਜੀ ਉਧਰ ਕਹਿੰਦੇ ਜੀ ਮਤਲੂਬ ਵਾਲੀ ਮਤਲੂਬਾ ਪਿੰਡ ਖਤਰਾਵਾ ਜੀ ਆ ਮਤਲੂਬਿਆ ਜੀ ਨੇ ਟੱਪ ਦਿੱਤਾ ਸਾਰਾ ਸੂਬਾ ਸਦਕੇ ਜਾਵਾ ਵੇਂਦਾ ਪਿਆ ਹੀ ਸਾਰਾ ਜਮਾਨਾ ਮਤਲੂਬਿਆ ਇਹ ਰਾਇਲਸ ਕਿੰਗਸ ਸਿਵਲ ਨੁਮਾਇੰਦਗੀ ਕਰਦਾ ਹੈ ਮੁੰਡਾ ਇੱਥੇ ਲੱਗਣਾ ਹੈ ਪਤਾ ਉਹਦੇ ਤੋਂ ਕੈਂਚੀ ਬੱਚੀ ਹੋਈ ਲੱਗਾ ਚੱਪਾ ਪਰ ਸੁਭਾਨੀ ਬੁਜਰ ਕਹਿੰਦਾ ਨਹੀਂ ਹੱਥ ਤੇ ਰਹਿੰਦਾ ਨਾਲੇ ਨਖਰੇ ਜੇ ਕਰਦਾ ਪਹਿਨੇ ਤੇ ਜ਼ਮਾਨਾ ਸੁਭਾਨੀ ਦੀ ਫੇਰ ਤੇ ਮਰਦਾ ਕਬੱਡੀ ਪਾਏਗਾ ਮਦਦ ਬਿੰਦੀਆਂ ਮੀਨ ਪੱਗਾ ਨਿਸ਼ੋ ਪਿੰਡਾ ਮੁੰਡੇ ਦਾ ਲੁੱਸ ਲੁੱਸ ਕਰਦੀ ਜਵਾਨੀ ਹੱਸ ਹੱਸ ਕੇ ਪਾਉਂਦਾ ਪਿਆ ਕਬੱਡੀਆਂ ਜੀ ਉਹ ਬਿੰਦੀਆਂ ਮੀਨਿਆਂ ਸਦਕੇ ਜਾਵਾ ਨੌਜਵਾਨ ਪਾਕਿਸਤਾਨ ਵਾਪਦਾ ਦੀ ਕਰਦਾ ਹੈ ਨੁਮਾਇੰਦਗੀ ਉੱਧਰ ਨਦੀਮ ਸਜਾਦ ਨੇ ਟਰਾਈ ਕੀਤੀ ਪਰ ਅਨਰਜੀ ਜਾਇਆ ਕੀਤੇ ਵਗੈਰੇ ਬੜਾ ਟੈਕਨੀਕਲ ਰੱਖ ਕੇ ਮੰਦੀ ਦੇ ਪਲੇਟਰਾਂ ਦਾ ਇਹ ਖਾਤਾ ਹੈ ਕਿ ਜਿਹੜੇ ਨੌਜਵਾਨ ਬਿਲਕੁਲ ਆਪਣੀ ਅਨਰਜੀ ਨਹੀਂ ਜਾਇਆ ਕਰਦੇ ਤਾਕਤ ਨਹੀਂ ਜਾਇਆ ਕਰਦੇ ਨੰਬਰ ਦਾ ਵਾਲਾ ਅਗਲੀ ਕਬੱਡੀ ਪਾਈਵਨ ਟਾਈਗਰ ਆਫ ਪਾਕਿਸਤਾਨ ਇਹ ਵਕਾਸ ਬਾਟੇ ਕਿ ਚਾਚਾ ਰੇਟਾ ਮਾਮਾ ਮਾਰ ਮਾਰ ਹੱਲੇ ਪਿੰਡ ਵਿੱਚ ਕਬਰਦੀ ਹੋਈ ਹੈ ਬੱਲੇ ਬੱਲੇ ਪੁੱਤਰ ਪੰਜਾਬ ਦੇ ਮਾਂ ਦਾ ਹੈ ਲਾੜਾ ਜੰਮਿਆ ਹੈ ਕਿਹੜਾ ਜਿਹੜਾ ਭਾਰ ਇਹਦਾ ਚੱਲੇ ਜੰਮਿਆ ਹੈ ਕਿਹੜਾ ਜਿਹੜਾ ਭਾਰ ਇਹਦਾ ਚੱਲੇ ਕਹਿੰਦੀ ਲਾਈਏ ਮਲਕ ਰਾਸ਼ਦ ਨੇ ਲੇਕਿਨ ਨੰਬਰ ਰੇਟ ਨਾ ਜੀ ਅੱਜ ਦੇ ਸਟਾਈਲ ਦੇ ਮੇਰੇ ਬੇਟੇ ਨੇ ਆਪਣੀ ਫਜ਼ਲ ਆ ਗੁੱਜਰ ਚੌਧਰੀ ਕਵੀ ਸਾਜਿਦ ਸਾਹਿਬ ਇਤਹਾਈ ਸ਼ੁਕਰੀਆ ਬੜੀ ਮਿਹਰਬਾਨੀ ਗੁੱਡ ਜਜਮੈਂਟ ਜੀ ਟਾਈਮ ਆਊਟ ਦੀ ਮੰਗ ਕੀਤੀ ਗਈ ਹੈ ਅਗਲੀਆਂ ਟੀਮਾਂ ਫਿਰ ਐਲਾਨ ਹੈ ਬੜੀ ਮਿਹਰਬਾਨੀ ਉਸ ਕੋਚ ਨੂੰ 10,000 ਰੁਪਇਆ ਪੰਜਾਬ ਕਬੱਡੀ ਐਸੋਸੀਏਸ਼ਨ ਨੇ ਦੀ ਜੁਰਮਾਨਾ ਹੋਏਗਾ ਐਲਾਨ ਦੁਬਾਰਾ ਸੁਣ ਲਿਆ ਕਰੀ ਫਿਰ ਅਗਲੇ ਮੈਚ ਦੇ ਵਿੱਚ ਸ਼ਹਜ਼ਾਦ ਅਜੀਬ ਟਿੰਦੂ ਜੀ ਅਗਰ ਟੀਮ 2 ਮਿੰਟ ਵੀ ਲੇਟ ਹੋ ਗਈ ਤੇ 10,000 ਰੁਪਇਆ ਜੁਰਮਾਨਾ ਹੋਏਗਾ ਜਿਹੜੀ ਟੀਮ ਕੱਲ ਫਾਈਨਲ 'ਚ 3:01 ਤੇ ਪਹਿਲੀ ਕਬੱਡੀ ਵਾਸਤੇ ਟੀਮ ਨਾ ਤਿਆਰ ਹੋਈ 50,000 ਰੁਪਇਆ ਜੁਰਮਾਨਾ ਹੋਏਗਾ ਅਗਰ ਗੱਲ ਚੰਗੀ ਲੱਗੀ ਹੈ ਸ਼ਰਫ ਜਜ਼ਬਾ ਤੇ ਸ਼ਫੀਕ ਚਿਸ਼ਤੀ ਨੂੰ ਜਿਹੜੇ ਬੰਦੇ ਜਾਣਦੇ ਨੇ ਉਹ ਬੰਦੇ ਤਾੜੀ ਮਾਰੋ ਇਨਸ਼ਾਅੱਲਾ ਤਾਲਾ ਮਿਹਰਬਾਨੀ ਅਗਲੀਆਂ ਟੀਮਾਂ ਦੋਨੇ ਆ ਜਾਓ ਜੀ ਅਗਲੀਆਂ ਦੋਨੇ ਟੀਮਾਂ ਆ ਜਾਓ ਸ਼ਫੀਕ ਚਿਸ਼ਤੀ ਮੁਸ਼ਰਫ ਜਵੇ ਜਜ਼ਬਾ ਆ ਜਾਓ ਆ ਜਾਓ ਲਓ ਜੀ ਸੁਭਾਨੀ ਗੁੱਜਰ ਆ ਬਈ ਗੱਭਰੂਆ ਪਾ ਰੇਡ ਵੇਖ ਰਿਹਾ ਖੇਡ ਮੈਦਾਨ ਦੇ ਵਿੱਚ ਪੁੱਜਿਆ ਨੌਜਵਾਨ ਕਈ ਮੇਲਿਆਂ ਵਿੱਚ ਵੀ ਰਹਿਣ ਕੱਲੇ ਕਈ ਜੀਵਦੇ ਨੇ ਕੱਲੇ ਵੱਧ ਹੋ ਗਏ
ताहिर जट चा बेली सुभान अल्लाह की जीवना जग ते अक हो गए कई यार के दिल तो लै जाते कई रेंदे अंगूठी दा नक हो गए सुनिए गए बंदे रुक जाते हैं नक हो गए अपनी कबड्डी पाएगा आरस सियार चल भी सियाला कबड्डी के मजबूर नो मजबूर दिया मजबूरियां ने मारिया राजे नु हीडियां चूरियां ने मारिया सफर इकबाल चैनी चीन चूं चंग और दूसरे बड़े आरस यार नहीं सुने पीड़ी डैमा में मजदे नहीं अपन दे ताड़ी यार ताड़ी क्या मारे है यार पॉइंट रेट है राज साहब के मुनाफा कदी भी मवाली नहीं होते ते मोमन कदी भी मवत्तर तो खाली नहीं होते साकू अली ते भरोसा है बाबा मलंगा ने कश कौल खाली नहीं होते जी मुल्तान 32 पॉइंट और 36 पॉइंट ने फैसलाबादी टीम ने 4 पॉइंट दी बढ़ते लो देतिया पॉइंट मुल्तान दी टीम ने जोड़ लगा है चल भाई गबरुआ आएगा कबड्डी दे फिर मुंडा मलका दा ताहिर वहीद मैदान सवार दिते होई जदों दी जान पहचान यारो लहर खुशी दी आई पंजाब दे विच खेडा खेडते शेर जवान यारो ते कौंडी अपने हाथी करान लग पै साडी मुश्किल होई आसान यारो राणा सरवर नु मौला याद रखे ओले रहने साडे प्रधान यारो लो इधरले पासे वाह सोनिया कहते बिड़िया मीन मरद बहुत खूबसूरती नाल एक नंबर दा कीता वादा चल वे नौजवाना पाएगा कबड्डी विकास भट्ट जिन्ना दौड़ता विकास भट्ट ओना ही दौड़ता है ऐसे कहते पदलिया गुच्च अगलिया टीम दोवे जल्दी आ जाओ मेहरबानी करो दोनों टीम जल्दी पहुंचोगी विकास भट्ट जी लै गया नंबर पाएगा कबड्डी अरसलान पट्टू आ भाई छियाली चक चटे की धरती जोड़ी बाबर सुल्तान गुज्जर जी तवज्जो करनी है नवे मुंडिया के विच एक ए पट्टू है एक मुंडा कहते हाँ जी फैसल बट्टू ते काशी बट्टू और मारा वीर अरसलान बट्टू ऐसे जाफर जाफर भी काट रही सप्रांत होगा लेकिन आओ देखो इधर बाजी बारी हदे में पूरा फिट है क्या बात है जी अगली कबड्डी पाएगा जैनब सुमानी गुज्जर चावे गुजरा पाक कबड्डी बिल्कुल मैदान में तैयार पर तैयार बनी सोनिया और शफाक कबड्डी खेल रहे हैं आज इस पे मैदान के बीच और दूसरे बने कहते जी कमर भट्टे मलक राशन मतलूब अली मतलूबा बेहतरीन चैंपियन स्टॉप लाइन है और उधर मलक राशन लगा है लेकिन इशारा पॉइंट चापी रही चल रही आरफ सियार अगली कबड्डी के बिल्कुल तैयार पर तैयार नौजवान आरफ सियार डिस्ट्रिक्ट साइवा लोगों ने दिला दी थड़कर चल रहे कबूआ पाक कबड्डी सब तो सोना है पंजाब का लावा चंगा ते तगड़ा जब भी कहते हैं लगता ही माड़ा दूसरे बने नदीम सजाद बिलाल असरफ गेले चौधरी सही कराया साथ है ये राइट टीम का बेहतरीन जब भी लेकिन पॉइंट रेड बा अगली कबड्डी नॉन स्टॉप एक्सप्रेस डेको टाइप वसीम टप्पो पहरेदार असाडी का हिस्सा दे सदा मर्ज दे बल ध्यान रख दे देखे हलफ कुरान का देश ताई नाल जुर्रत ते अमर अमान रख दे वर्दी टोपी सितार दी लज रखण कायम अपना कौल जबान रख दे बारो एदा तो अपनी जान सब की पहुंची तली दे देश ने जान रख दे पहुंची तली दे देश ने जान रख दे कबड्डी का नाम फिर बेनियामीन मर आ भाई कबड्डी आज पहला मैच है शाम दे साए देख लो कितने ने लिया टीमा मुशर्रफ जबे जजवा दीवार ऑफ पाकिस्तान और जनाब ओदे मुकाबले दे मोहम्मद शफी चिश्ती मेहरबानी कर रही है जल्दी आ जाओ बेनियामीन मर मिस्टर अब्दुल हकीम साहब का इशारा है कि पॉइंट कबड्डी के हिस्से बदले आप गुज्जर छोटी उम्र दे विच वड्डा ना ऐसे कबड्डी खेलने वाले ते नौजवान दा ना सुभानी गुज्जर शुक्रिया अदा कर रहे जनाब नवी साजद चौधरी साहब हां जी मिर्जा मुनव्वर हुसैन नादर साहब तवज्जो करनी है कबड्डी बिल्कुल थोड़े सामने हां जी आसिफ साहब देख रहे हैं नौजवान दा ना जनाब सुभानी गुज्जर मलक राशन ने कोशिश की थी है डक और दी लेकिन नानी पॉइंट जी चल भाई अगली कबड्डी पाएगा फिर मोड़ दोबारा वट्टू पेड़ मैदान विच चाले जवाना बाग बड़ी चौधरी आसम वीरत साहब बड़े कलोद भी होंगे इस कबड्डी को पूरा एंजॉय कर रहे ने के सीने डरते जिना देश खातर उन्ना बहादुर का उच्चा नाम करिए मथे कौम के चमकरे नूर जड़े उन्ना हीरिया का एहतराम करिए रुख फेंकते जिना वेलिया दे सिर्फ उन्हों की सुबह तो शाम करिए जिना देश तो जान सार की थी उन्ना शेर और शेख सलाम करिए लोली विकास लगा नौजवान बिल्कुल लगता तैयार है लेकिन रैप हिस्सा का इशारा देखना होगा नंबर जी चौधरी कवि साले साहब नंबर कमांडर दा जी क्या बार बार रेटदा अगली कबड्डी फेर ग्राउंड के विच पा रहा है जी वसीम कंबो
कबड्डी के नौजवान मुहम्मद वसीम कमो इस वक्त बिल्कुल तैयार ब तैयार है कि दो देशों के अख नहीं यादा लाभ के याद की अख नहीं प्रेम की कोटी कट्ठिया खेडन करता सकिया कोई कख नहीं वसीम कमो नचता टपदा अपनी इस टीम के वास्ते पॉइंट का वादा किया है लो जी अंदर टीम आ रही है सब तो कितनी बॉल पाकिस्तान मुशर्रफ चले चंदवा शहजाद ने टुल्लू साहब टीम कोच शराब साजिद पट्टो यार कोई पानी के मारो अल्लाह की कसम इधर तबला दिल साढ़े पाकिस्तान का फसा है ना ओले दूजे प्लेयर जी आर सियाल की पहली कबड्डी ने जरा जाफर सबरान के नाल टक्कर है आज ने मैच आखिरी लम्हा दे मुल्तान की टीम ने 37 पॉइंट और 42 पॉइंट दे फैसला बाता ए 43 करताड़िया पॉइंट आर सियाल की मेहनत के नाल विच मैदान दे एक नंबर का कीता वादा आवे सुभानी गुजर पा कबड्डी अपना नाम रोशन किया लेकिन आहिर भाई जट साहब तुसी भी साहिवाल नु बड़े मान दिते एक बारी ताई भाई जाटा से भी ताड़ी ते चिश्तिया से भी ताड़ी ए साहिवाल दे बड़े ना पैदा कीते ने अगले पासे शबीर चिश्ती शाहीन पाकिस्तान ना छोटा और इमरान बाला मनशा गुज्जर कबड्डी सामने वेख लिया वसीम कंबो और सामने कमर बढ़ दी टक्कर वसीम कंबो अरे पीछे होता है ते फिर सामना करना मुश्किल है लेकिन वेख लिया आए हाय पीछे हो गए दूरों के डांस कराएगा पर कमर बढ़ भी घट नहीं करी शेरमान चट्ठा साहब देख रहा है आए हाय हाय ले लो ही रह गया पॉइंट रेडर मुल्तान की टीम के वास्ते एक नंबर का कीता वादा लो मैच अपने तमाम ते एक मिनट जी मैच का स्कोर होया है लाला जी साइड तो है लाला मैदुला जी ए 39 जी लो जी 39 39 और 5 पॉइंटा दी लीड ते फैसला बाद रे 5 पॉइंटा दी लीड ते जीत लिया 44 पॉइंट साहिवाल दे चार चार